ਸਾਈਆਂ ਖਾਲੀ ਗੱਟ ਨਹੀਂ ਹੋਏ ਬਟੇ ਹਰ ਇੱਕ ਉਸ ਗੱਟ ਤੋਂ ਜਾਗਤ ਪ੍ਰਗਟ ਹੋਏ ਪਤਾ ਨਹੀਂ ਕੀ ਆ ਫੜਦੀ ਸਰਦਾਨੀ ਬਾਦਸ਼ਾਹ ਕਹਿੰਦਾ ਕੀ ਗੱਲ ਤੂੰ ਆਹ ਮੇਰਾ ਰਥ ਕਿਉਂ ਘੇਰ ਲਿਆ ਧਿਆਨ ਦੇਣਾ ਪਿਆ ਇਹ ਮੇਰਾ ਰਥ ਕਿਉਂ ਘੇਰ ਲਿਆ ਉਹ ਕਹਿਣ ਲੱਗਿਆ ਵੀ ਮੈਂ ਤਾਂ ਇਹ ਪੁੱਛਣਾ ਸੀ ਵੀ ਆ ਜਿਹੜੀ ਸਰਾਹ ਜਿਹੜੀ ਆ ਸਰਾਹ ਆ ਉਹਦੇ ਮਹਿਲਾਂ ਕਹਿਣ ਲੱਗੇ ਸੰਤਾਨੀ ਬਾਦਸ਼ਾਹ ਕਹਿੰਦਾ ਤੈਨੂੰ ਸਰਾਹ ਲੱਗਦੀ ਹੈ ਇਹ ਤੋਂ ਮਹਿਲ ਹਮਾਰੇ ਹੈ ਨੇ ਤੂੰ ਪਾਥੀ ਫਿਰੇ ਗਿਆ ਨਾ ਤੈਨੂੰ ਪਤਾ ਨਹੀਂ ਤੂੰ ਭਾਈ ਪਾਥੀ ਤੂੰ ਰਾਹ ਨਹੀਂ ਹੈ ਤੂੰ ਧਿਆਨ ਦੇ ਕੀ ਬੋਲ ਰਹੇ ਹੈ ਤੈਨੂੰ ਸਰਾਹ ਰੱਖਣਾ ਤਾਂ ਮੇਰੇ ਮਹਿਲ ਨੇ ਕਹਿ ਲੱਗਿਆ ਇੱਕ ਗੱਲ ਦੱਸੋ ਸੋ ਤੋਂ ਪਹਿਲਾਂ ਜੇ ਕੌਣ ਰਹਿੰਦਾ ਸੀ ਕਹਿੰਦਾ ਮੇਰਾ ਪਿਓ ਕੀ ਰਹਿੰਦਾ ਸੀ ਕਹਿੰਦਾ ਉਦੋਂ ਪਹਿਲਾਂ ਕੌਣ ਰਹਿੰਦਾ ਸੀ ਕਹਿੰਦਾ ਮੇਰਾ ਦਾਦਾ ਕਹਿੰਦੇ ਉਦੋਂ ਪਹਿਲਾਂ ਕੌਣ ਰਹਿੰਦਾ ਸੀ ਕਹਿੰਦਾ ਮੇਰਾ ਪੜਦਾਦਾ ਕਹਿੰਦਾ ਹੁਣ ਕਿੱਥੇ ਕਿਹੜੇ ਚਲੇ ਗਏ ਕਹਿੰਦੇ ਤੂੰ ਰਹੇਗਾ ਕਹਿੰਦਾ ਬਾਅਦ ਦੇ ਵਿੱਚ ਕਹਿੰਦਾ ਮੇਰੇ ਬੱਚੇ ਫਿਰ ਕਹਿੰਦੇ ਸਰਾਬ ਦੀ ਹੁਣ ਤਾਂ ਹੋਰ ਕੀ ਹੋਇਆ ਸਰਾਈ ਨੇ ਇੱਕ ਰਹਿ ਦੱਸੇਗਾ ਇਸੇ ਕਰਕੇ ਕਹਿੰਦੇ ਪ੍ਰਾਣੀ ਕਿਹਾ ਮੇਰਾ ਕਿਹਾ ਮੇਰਾ ਜੈਸੇ ਗੱਲ ਪੰਥ ਵਸੇਗਾ ਗੁਰੂ ਪੀਰ ਕਹਿੰਦੇ ਉਹ ਘਾਟੇ ਦਾ ਵਪਾਰ ਕਰ ਰਹੇ ਹੈ ਤੂੰ ਮਨ ਦੇ ਆ ਕੇ ਲੱਗ ਕੇ ਸਰਤਾਨੀ ਬਾਦਸ਼ਾਹ ਨੂੰ ਫਿਰ ਸਮਝਾਉਣਾ ਕਿ ਸਤਿਗੁਰੂ ਸਰਤਾਨੀ ਬਾਦਸ਼ਾਹ ਆਪਣੇ ਪਹਿਲਾਂ ਵੀ ਉੱਠਿਆ ਉਹ ਕਹਿਣ ਲੱਗ ਕੇ ਮੁੰਡਾ ਘੁੰਮਦਾ ਤੇ ਪਿਆਰੇ ਉਹਨੇ ਕਿਹਾ ਕਿ ਇਹ ਇੱਕ ਵਪਾਰੀ ਦਾ ਰੂਪ ਧਾਰਨ ਕਰਕੇ ਕਾਰਵਾਨ ਕਹਿੰਦੇ ਨੇ ਵਪਾਰੀ ਉਹਦਾ ਰੂਪ ਧਾਰਨ ਕਰਕੇ ਆ ਕੇ ਸਰਤਾਨੀ ਬਾਦਸ਼ਾਹ ਕਹਿੰਦਾ ਇੱਥੇ ਵੀ ਕੌਣ ਆ ਕੇ ਜੰਗਲ ਹੀ ਬਣ ਜਾਣਾ ਉਹ ਕਹਿੰਦੇ ਬੋਲਦਾ ਕਿਵੇਂ ਆ ਫੜੋ ਫੜੋ ਗਾਇਬ ਹੋ ਕੇ ਫੇਰ ਨੀ ਸਮਝਿਆ ਤੀਜੀ ਵਾਰ ਫੇਰ ਸਮਝਾਉਣ ਆ ਗਏ ਕਹਿੰਦੇ ਫਿਰ ਸਤਿਗੁਰੂ ਜੀ ਪਤਾ ਕਿੱਥੇ ਸਮਝਾਉਣ ਆਏ ਕਹਿੰਦੇ ਜਿਹੜਾ ਸੰਤਾਨੀ ਬਾਦਸ਼ਾਹ ਸੀ ਉਹ ਫੁੱਲਾਂ ਦੀ ਸੀਝਾਂ ਵਸਾ ਕੇ ਵਧੀਆ ਵਧੀਆ ਫੁੱਲ ਜਿਹਦੇ ਚੋਂ ਸੁਗੰਧੀਆਂ ਆਉਣ ਉਹਦੇ ਉੱਪਰ ਬੈਠਦਾ ਸੌਂਦਾ ਸੀ ਤੇ ਸਤਿਗੁਰੂ ਜੀ ਇੱਕ ਗੋਲੀ ਦਾ ਰੂਪ ਧਾਰਨ ਕਰਕੇ ਆ ਗਏ ਗੋਲੀ ਦਾ ਤੇ ਉਹ ਗੋਲੀ ਜਿਹੜੀ ਸੇਵਾ ਕਰਦੀ ਸੀ ਉਹ ਤਾਂ ਭੇਜ ਕੇ ਉਹਦੀ ਜਗ੍ਹਾ ਆਪ ਡਿਊਟੀ ਕਰਨ ਲੱਗ ਗਈ ਸੇਂਝਾਂ ਵਸਾਈ ਤੇ ਸੇਂਝਾਂ ਦੇ ਉੱਪਰ ਕਬੀਰ ਸਾਹਿਬ ਮਹਾਰਾਜ ਜੀ ਗੋਲੀ ਦਾ ਰੂਪ ਧਾਰਨ ਕਰਕੇ ਆਪ ਪੈ ਗਏ ਇੰਨੇ ਨੂੰ ਜਦੋਂ ਰਾਤ ਹੋਈ ਸਰਤਾਨੀ ਬਾਦਸ਼ਾਹ ਆਇਆ ਨਾ ਸੌਣ ਵਾਸਤੇ ਧਿਆਨ ਦਿਓ ਪਿਆਰਿਓ ਇੰਨੀ ਜ਼ਿਆਦਾ ਵੀ ਗਰਮੀ ਹੈ ਨਹੀਂ ਜ਼ੋਰ ਤਾਂ ਸਾਡੇ ਵਾਲਿਆਂ ਦਾ ਲੱਗਦਾ ਜ਼ਿਆਦਾ ਵੀ ਪਿਆਸ ਲੱਗਦੀ ਹੈ ਧਿਆਨ ਟੁੱਟ ਗਿਆ ਫਿਰ ਥੋੜ੍ਹੀ ਜ਼ਿਆਦਾ ਹੁੰਦੀ ਅਤੇ ਬਾਹਰ ਹੀ ਪੀ ਆਊਗਾ ਜਿਹਨੂੰ ਜ਼ਿਆਦਾ ਪਿਆਸ ਲੱਗੂਗੀ ਅਤੇ ਪਿਆਰੇ ਬੁਰਾ ਨਾ ਬਣ ਜਿਓ ਮੈਂ ਸੱਚ ਜਿਹਾ ਬੋਲਦਾ ਨਾ ਤਾਂ ਹੀ ਮੈਂ ਪਸੰਦ ਨਹੀਂ ਆਉਂਦਾ ਕਿਸੇ ਨੂੰ ਨਾਲ ਸੱਚ ਬੋਲਣਾ ਵੀ ਔਖਾ ਹੈ ਨਾ ਅਤੇ ਅੱਜ ਗੋਲੀ ਦਾ ਰੂਪ ਧਾਰਨ ਕਰਕੇ ਸਤਿਗੁਰੂ ਜੀ ਸੁਲਤਾਨੀ ਦੀ ਸੇਜਾਂ ਦੇ ਉੱਪਰ ਪੈ ਗਏ ਸੁਲਤਾਨੀ ਬਾਦਸ਼ਾਹ ਆਇਆ ਉਹਨੇ ਦੇਖਿਆ ਮੇਰੀ ਸੇਜਾਂ ਦੇ ਉੱਪਰ ਮੇਰੀ ਨੌਕਰਾਣੀ ਗੋਲੀ ਪਈ ਹੈ ਬੜਾ ਮਨ ਨੂੰ ਦੁੱਖ ਲੱਗਿਆ ਆਪਣੀ ਨੂੰ ਕੋਈ ਸੀਟ 'ਤੇ ਬਹਿ ਜਾਵੇ ਅਤੇ ਨੌਕਰ ਬਹਿ ਜਾਵੇ ਸੀਟ 'ਤੇ ਜਾ ਕੇ ਫਿਰ ਦੇਖ ਲਓ ਆਪਾਂ ਕੀ ਹੱਲ ਕਰਦੇ ਹਾਂ ਆਪਾਂ ਕਹਿੰਦੇ ਹਾਂ ਮੇਰੀ ਸੀਟ ਹੈ ਮੇਰ ਮੈਂ ਮਰ ਕੇ ਪੰਥ ਪਾਇਆ ਨਹੀਂ ਮਗ ਜਿਵੇਂ ਪੜੇਂਗੇ ਬਹੁਤ ਜੂਤੇ ਬਹੁਤ ਜੂਤੇ ਅਤੇ ਪਿਆਰੇ ਜਦੋਂ ਗੋਲੀ ਨੂੰ ਦੇਖਿਆ ਸੁਲਤਾਨੀ ਬਾਦਸ਼ਾਹ ਨੇ ਕੁਝ ਨਹੀਂ ਸੋਚਿਆ ਕੋਰੜਾ ਚੱਕ ਲਿਆ ਅਤੇ ਕੋਰੜਾ ਚੱਕ ਕੇ ਗੋਲੀ ਦੇ ਜ਼ੋਰ ਦੇ ਨਾਲ ਮਾਰਿਆ ਉਹ ਤਾਂ ਸਮਝਾਉਣ ਵਾਸਤੇ ਆਏ ਸੀ ਸਤਿਗੁਰੂ ਉੱਠ ਕੇ ਖੜੀ ਹੋ ਗਈ ਗੋਲੀ ਇੱਕ ਹੋਰ ਕੋਰੜਾ ਮਾਰਿਆ ਹੁਣ ਜਿਹੜੀ ਗੋਲੀ ਹੈ ਪਹਿਲਾਂ ਤਾਂ ਰੋਂਦੀ ਹੈ ਫਿਰ ਹੱਸਦੀ ਹੈ ਫਿਰ ਰੋਂਦੀ ਹੈ ਫਿਰ ਹੱਸਦੀ ਹੈ ਸੁਲਤਾਨੀ ਬਾਦਸ਼ਾਹ ਕਹਿੰਦਾ ਗੋਲੀ ਇਹ ਕੀ ਗੱਲ ਤੇਰੇ ਕੋਰੜਾ ਮਾਰਿਆ ਤਾਂ ਰੋਣਾ ਚਾਹੀਦਾ ਮਨ ਲਿਆ ਤੂੰ ਹੱਸੀ ਕਾਹਤੇ ਕਿਉਂ ਹੱਸਦੀ ਰਾਤ ਤਾਂ ਰੋਜ਼ ਸੌਂਦਾ ਹੈ ਦੋਸਤਾਂ ਦਾ ਕਿਹਾ ਹੋਊਗਾ
ਸੱਚ ਕਹਿਣਾ ਇਹਨੇ ਨੂੰ ਸੁਲਤਾਨੀ ਵਾਪਸ ਆ ਗਿਆ। ਕਹਿਣ ਲੱਗੇ ਕੀ ਕਹਿ ਕੀ ਰਹੇ ਹੋ ਤੁਸੀਂ? ਉਹ ਕਹਿਣ ਲੱਗੇ ਮੈਂ ਜੋ ਕਹਿ ਰਿਹਾ ਧਿਆਨ ਨਾਲ ਸੁਣ, ਆਹ ਤੇਰਾ ਪਿਓ ਹੈ, ਆਹ ਤੇਰਾ ਦਾਦਾ ਤੇ ਆਹ ਤੇਰਾ ਪੜਦਾ। ਸਿਰ ਤੇ ਹੱਥ ਰੱਖਿਆ ਨਾ, ਉਹ ਕੁੱਤੇ ਕੂਕ ਕੂਕ ਕੇ ਬੋਲਦੇ ਨੇ। ਉਹ ਸੁਲਤਾਨੀ ਮਤ ਕਿਤੇ ਭੁੱਲ ਗਈ, ਪਰਮੇਸ਼ਰ ਨੂੰ ਯਾਦ ਰੱਖੀ, ਅਸੀਂ ਵੀ ਸਾਨੂੰ ਕੁੱਤੇ ਦੀ ਜੂਨੀ ਮਿਲ ਗਈ। ਸਤਿਗੁਰੂ ਵੀ ਬਾਣੀ ਦੇ ਵਿੱਚ ਕਹਿੰਦੇ ਨੇ, ਮਧਰਾ ਪੀਵੇ ਕੜਵਾ ਪਾਣੀ, ਸੱਤਰ ਜਨਮ ਮਾਣ ਕੇ ਜਾਣੀ। ਕਹਿੰਦੇ ਜਿਹੜਾ ਮਾਸ ਖਾਂਦਾ ਮਧਰਾ ਪੀਂਦਾ ਉਹਨੂੰ ਸੱਤਰ ਜਨਮ ਕੁੱਤੇ ਦੇ ਮਿਲਦੇ ਨੇ, ਸੱਤਰ ਜਨਮ। ਸੁਲਤਾਨੀ ਦੀਆਂ ਅੱਖਾਂ ਖੁੱਲ ਗਈਆਂ ਵੀ ਆਹ ਕੀ ਹੋ ਗਿਆ, ਚੋਟ ਲੱਗੀ। ਤੇ ਕਬੀਰ ਸਾਹਿਬ ਮਹਾਰਾਜ ਜੀ ਨੇ ਫਕੀਰ ਦੇ ਰੂਪ ਦੇ ਵਿੱਚ ਸਮਝਾਉਣਾ ਕਰਿਆ, ਭਾਈ ਜਿਹੜਾ ਸ਼ਰਾਬਾ ਪੀਂਦਾ ਮਾਸ ਖਾਂਦਾ ਉਹਨੂੰ ਕੁੱਤੇ ਦਾ ਜਨਮ ਮਿਲਦਾ, ਕੁੱਤੇ ਦਾ। ਸੁਲਤਾਨੀ ਦੇ ਐਸੀ ਚੋਟ ਲੱਗੀ ਤੇ ਪਿਆਰੇ ਉਦੋਂ ਹੀ ਸਭ ਕੁਛ ਸੱਚ ਕੇ, ਕਿਉਂਕਿ ਜਦੋਂ ਬਾਣੀ ਦਾ ਬਾਣ ਲੱਗਦਾ ਨਾ ਫਿਰ ਤਾਂ ਗੁਰਬਾਣੀ ਕਹਿੰਦੀ ਹੈ, ਬਾਣੀ ਬਾਣ ਸਬਦ ਦੇ ਮਾਰੇ ਰਾਜੇ ਜੋਗੀ ਬਣ ਗਏ।
ਸਰਦਾਨੀ ਬਾਦਸ਼ਾਹ ਫਕੀਰ ਹੋ ਗਿਆ। ਕਹਿਣ ਤੋਂ ਭਾਵ ਹੈ ਪਿਆਰਿਓ, ਜਿੰਨੇ ਵੀ ਗੁਰੂ ਪੀਰ ਗ੍ਰੰਥ ਸਦ ਗ੍ਰੰਥ ਨੇ ਨਾ, ਸਾਨੂੰ ਇਹੀ ਸਮਝਾਉਂਦੇ ਨੇ ਕਿਤੇ ਮਤਾ ਭੁੱਲ ਜਾਵੇ, ਕਿਤੇ ਤੇਰਾ ਜੀਵਨ ਬਰਬਾਦ ਹੋ ਜਾਵੇ, ਤੈਨੂੰ ਮਨੁੱਖਾ ਜਨਮ ਮਿਲਿਆ, 84 ਲੱਖ ਜੂਨੀ ਦੇ ਵਿੱਚੋਂ ਸ੍ਰੇਸ਼ਟ ਜੂਨੀ ਮਿਲੀ ਹੈ, 84 ਲੱਖ ਜੂਨੀ ਦੇ ਵਿੱਚੋਂ। ਇਸੇ ਕਰਕੇ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ, ਮਾਨਸ ਜਨਮ ਦਲੰਬ ਹੈ, ਹੋਏ ਨਾ ਬਾਰੰਬਾਰ, ਤਰਬਰ ਤੇ ਪੱਤਾ ਝੜੇ ਬਹੁਤ ਨਾ ਲਾਗੇ। ਡਾਰ ਕਹਿੰਦੇ ਬੜਾ ਔਖਾ ਮਨੁੱਖਾ ਜਨਮ ਮਿਲਿਆ, ਕਿਤੇ ਐਨੇ ਖਾਣ ਪੀਣ ਪਹਿਨਣ ਦੇ ਵਿੱਚ ਸੰਸਾਰ ਦੀਆਂ ਝੂਠੀਆਂ ਸੌਲਾ ਸਾਫਤਾਂ ਦੇ ਵਿੱਚ ਹੀ ਕੱਢ ਦੇਵੇ, ਕਿਤੇ ਜੀਵਨ ਨਾ ਬਰਬਾਦ ਕਰਨੀ। ਠੀਕ ਹੈ, ਤੈਨੂੰ ਜਸ ਮਿਲੂ, ਤੇਰੀ ਪਰਾ ਨਬਰ ਦੇ ਵਿੱਚ ਬੀਜਿਆ ਹੋਇਆ, ਭਾਵੇਂ ਕੁੱਝ ਨਾ ਕਰੀ ਤਾਂ ਵੀ ਜਸ ਮਿਲੂ। ਕਿਤੇ ਪਰਮੇਸ਼ਰ ਨੂੰ ਭੁੱਲ ਜਿਵੇਂ ਪਰਮੇਸ਼ਰ ਨੂੰ ਯਾਦ ਰੱਖੀ। ਗਰੀਬਦਾਸ ਮਹਾਰਾਜ ਕਹਿੰਦੇ, ਗਾਡੀ ਬਾਹੂ ਇਹਨੂੰ ਵੀ ਜੰਗਲਾਂ ਚ ਜਾ ਕੇ ਰੱਖ ਲੈਂਦਾ, ਗਾਡੀ ਬਾਹੋ ਘਰ ਰਹੋ, ਘਰੀ ਰਹੋ ਆਪਣੇ ਮਿਹਨਤ ਕਰੋ, ਗਾਡੀ ਬਾਹੋ ਘਰ ਰਹੋ, ਖੇਤੀ ਕਰੋ ਖੁਸ਼ਹਾਲ, ਸਾਈ ਸਿਰ ਪਰ ਰੱਖੀਏ ਸਹੀ ਭਗਤ, ਘਰ ਦੇ ਵਿੱਚ ਰਹਿੰਦੇ ਪ੍ਰਮਾਤਮਾ ਨੂੰ ਯਾਦ ਰੱਖੋ, ਤੇ ਕਿਸੇ ਸਤਪੁਰਖ ਦੀ ਸੰਗਤ ਕਰਕੇ ਗੁਰਬਾਣੀ ਦੁਆਰਾ ਇਹ ਗਿਆਨ ਧਾਰਨ ਕਰ ਲਓ। ਬਸ ਬਾਣੀ ਦੀ ਲੋੜ ਨਹੀਂ, ਵੀ ਜੋ ਸ੍ਰਿਸ਼ਟੀ ਦੇਣੀ ਹੈ ਇਹਦੇ ਵਿੱਚ ਮੇਰਾ ਪਰਮੇਸ਼ਰ ਪ੍ਰਮਾਤਮਾ ਰਮਿਆ ਹੋਇਆ। ਔਰ ਰਾਮ ਕਹੋ ਦੀਪ ਪ੍ਰੀਮ ਕਹੋ ਕੋਈ ਕਹਿ, ਪ੍ਰਮਾਤਮਾ ਇੱਕ ਹੀ, ਏਕ ਹੈ ਅਨੇਕ ਹੈ ਫਿਰ ਇੱਕ ਹੈ, ਉਹ ਇੱਕ ਹੀ ਹੈ, ਉਹਦੇ ਅਨੇਕਾਂ ਨਾਉਣੇ ਮੋਟੇ ਸੂਈ ਉੱਥੀ ਚਲੀ ਜਾਣਗੇ, ਜਿਹੜੇ ਆ ਨਾਉਣੇ ਨਾ ਆਪਾਂ ਆਪਣਾ ਆਰਾਮ ਪੈ ਕੇ ਜੋ ਕਹਿੰਦੇ ਹਾਂ, ਇਹ ਨਾਉ ਤਾਂ ਸਾਰੇ ਖਤਮ ਹੋ ਜਾਣਗੇ, ਇਹ ਅੱਖਰ ਫਿਰ ਜਾਏਗੇ, ਉਹ ਅੱਖਰ ਇਹਨੇ ਨਹੀਂ। ਜਦੋਂ ਸਮਾਧੀ ਲੱਗਦੀ ਹੈ ਨਾ, ਧਿਆਨ ਲੱਗਦਾ, ਜੋ ਵੀ ਲੋਕ ਐਸੇ ਤਾਂ ਬਹੁਤ ਗੁਰਸਿੱਖ ਹੁੰਦੇ ਨੇ, ਉੱਥੇ ਆ ਸ਼ਬਦ ਵੀ ਖਤਮ ਹੋ ਜਾਂਦੇ ਨੇ, ਉੱਥੇ ਤਾਂ ਸੁਣਨੇ ਰਹਿ ਜਾਂਦਾ ਇੱਕ ਗੱਲ। ਇਸ ਕਰਕੇ ਕਹਿਣ ਤੋਂ ਭਾਵ ਹੈ, ਪਰਮਾਤਮਾ ਉਹ ਅਕਾਲ ਪੁਰਖੋ ਵਾਹਿਗੁਰੂ ਅੱਲਾ ਉਹ ਸਤ ਸਾਹਿਬ ਉਹ ਸਾਰਿਆਂ ਦੇ ਵਿੱਚ ਰਮਿਆ ਹੋਇਆ, ਉਹ ਤੋਂ ਬਿਨਾਂ ਕੋਈ ਘੱਟ ਖਾਲੀ। ਬਸ ਜਿੱਦਾਂ ਇਹ ਹਿਰਦੇ ਚ ਵੱਸ ਗਿਆ ਨਾ, ਫਿਰ ਕਿਸੇ ਨਾਲ ਧੋਖਾ ਨਹੀਂ ਕਰੇਗਾ, ਧੋਖਾ ਕਿਹਦੇ ਨਾਲ ਕਰਦਾ, ਉੱਥੇ ਤਾਂ ਰੱਬ ਬੈਠਾ ਹੈ, ਝੂਠ ਕਿਹਨੂੰ ਬੋਲਦਾ, ਉੱਥੇ ਤਾਂ ਰੱਬ ਬੈਠਾ ਹੈ, ਹੇਰਾ ਫੇਰੀ ਕਿਹਦੇ ਨਾਲ ਕਰਦਾ, ਉੱਥੇ ਤਾਂ ਰੱਬ ਬੈਠਾ ਹੈ। ਜਦੋਂ ਸਾਰਿਆਂ ਦੇ ਵਿੱਚ ਖਲਕ ਦੇ ਵਿੱਚ ਰੱਬ ਦੇਖਣ ਲੱਗ ਗਿਆ, ਕਿਸੇ ਨੇ ਨੀ ਰਾਣਾ ਰੌ ਨਾ ਤੋ ਰਹੇ, ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਈ ਨਾ ਬੰਦਾ, ਕਿਸੇ ਨੇ ਨੀ ਰਹਿਣਾ। ਇਸ ਕਰਕੇ ਜਿਹੜੀ ਸੁੱਖ ਸਮਾਂ ਇਹ ਗਿਆਨ ਲੈਣ ਵਾਸਤੇ ਹੈ, ਬਾਕੀ ਕਰਮ ਤਾਂ ਜੀਵ ਦਾ ਜਿਹੜਾ ਕਰਿਆ ਉਹੀ ਨਾਲ ਜਾਣ, ਜੇ ਆਪਾਂ ਇਕੱਠੇ ਹੋ ਕੇ ਆਪਾਂ ਕਿਤੇ ਮੁਕਤੀ ਨੂੰ ਤੋੜਦਾਂਗੇ, ਨਹੀਂ ਨਹੀਂ, ਉਹ ਤਾਂ ਜਿਹੜਾ ਜੀਵਨ ਕਾਲ ਦੇ ਵਿੱਚ ਹੰਸ ਰਾਜ ਜੀ ਨੇ ਕਰਮ ਕਰਿਆ, ਕਰਮ ਹੀ ਆਪੋ ਆਪਣੀ ਕੇ ਨੇੜਾ ਕਹਿੰਦੇ, ਜਿਹੜਾ ਕਰਮ ਕਰਿਆ ਉਹ ਨਾਲ ਜਾਊਗਾ, ਇਹ ਤਾਂ ਅੱਗੇ ਆਪਣਾ ਕਰਮ ਹੈ, ਵੀ ਆਪਾਂ ਚੰਗਾ ਕਰਮ ਕਰੀਏ, ਜਿਹੜਾ ਨਿਸ਼ੇਧ ਚੁਨੀਆਂ ਤੋਂ ਬਚ ਕੇ ਜੇ ਕਿਤੇ ਮਨੁੱਖਾਂ ਜਨਮ ਵੀ ਮਿਲੇ ਤਾਂ ਉਹ ਵਧੀਆ ਮਿਲੇ, ਇਹੋ ਜਿਹਾ ਕਰਮ ਕਰੀਏ ਜਿਹਦੇ ਨਾਲ ਅਸੀਂ ਮੁਕਤ ਹੋ ਜਾਈਏ, ਸਾਡਾ ਕਰਮ ਕਰਿਆ ਹੀ ਸਾਡੇ ਨਾਲ ਜਾਊਗਾ, ਇਹ ਕਰ ਕਰੇ ਸੋ ਇਹ ਕਰ ਪਾਵੇ ਕੋਈ ਨਾ ਪਕੜੀਏ, ਜਿਹੜਾ ਜੀਵ ਕਰਮ ਕਰਦਾ ਉਹਦਾ ਕਰਮ ਕਰਿਆ ਉਹ ਮਿਲਦਾ ਹੈ। ਇਹ ਸੋਕ ਸਭਾ ਅੰਤਮਰ ਅਸੀਂ ਵੀ ਕਿਤੇ ਭੁੱਲਣਾ ਚਾਹੀਏ, ਇਹ ਸਮਾਂ ਸਾਡੇ ਤੇ ਵੀ ਆਉਣਾ, ਫਿਰ ਅਸੀਂ ਕੋਈ ਚੰਗੇ ਕਰਮ ਕਰੀਏ। ਮਹਾਂਪੁਰ ਕਹਿੰਦੇ ਸੀ, ਕੋਈ ਚੰਗਾ ਕਰਮ ਕਰ, ਨਾਲ ਕਿਸੇ ਨੇ ਨੀ ਜਾਣਾ, ਜੇ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਮਹਾਂ ਨਾਮ ਤੇਰਾ ਸੰਗ ਸਹਾਇ, ਉੱਥੇ ਨਾਮ ਨੇ ਨਾਲ ਜਾਣਾ, ਹੋਰ ਕਿਸੇ ਨੇ ਨਾਲ ਨਹੀਂ ਜਾਣਾ। ਠੀਕ ਹੈ, ਵਿਹਾਰ ਕਰੋ, ਮਾਇਆ ਕਮਾਓ, ਦਸਾਂ ਨੌਹਾਂ ਦੀ ਕਿਰਤ ਕਮਾਈ ਕਰੋ, ਜਿਹੜੀ ਪਰਾਰੰਭ ਦੇ ਵਿੱਚ ਆ ਉਹ ਧਨ ਵੀ ਆਉਂਦਾ ਰਹੂ, ਉਹ ਖਰਚਦੇ ਵੀ ਰਹੋ, ਧਰਮ ਵੀ ਕਰਦੇ ਰਹੋ, ਪਰਿਵਾਰ ਵੀ ਪਾਲਦੇ ਰਹੋ, ਕਿਤੇ ਐਂ ਨਾ ਹੋ ਜੇ ਸਾਰਾ ਜੀਵਨ ਧਨ 'ਚ ਹੀ ਨਿਕਲ ਜੇ, ਵੀ ਜਿੰਨਾ ਇਕੱਠਾ ਆਉਂਦਾ ਕਰ ਲਾ, ਭਾਵੇਂ ਪਾਪ ਕਰਕੇ ਕਰ ਲੈ, ਪਰ ਅਗਲਾ ਜਨਮ ਨਾ ਖਰਾਬ ਹੋ ਜਾਵੇ। ਠੀਕ ਹੈ, ਕਮਾਈ ਕਰੋ, ਕਿਉਂਕਿ ਧਨ ਤੋਂ ਬਿਨਾਂ ਤਾਂ ਕਿਉਂ, ਦੂਸਰਾ ਰੱਬ ਵੀ ਧਨ ਹੈ, ਮਾਇਆ ਹੈ, ਜੇ ਮਾਇਆ ਕੋਲ ਨਾ ਹੋਵੇ, ਕੋਈ ਸਾਈਕਲ 'ਤੇ ਨਹੀਂ ਬਿਠਾਉਂਦਾ, ਸਕੂਟਰ 'ਤੇ ਨਹੀਂ ਬਿਠਾਉਂਦਾ, ਗੱਡੀ 'ਚ ਨਹੀਂ ਚੜਾਉਂਦਾ, ਮਿਹਨਤ ਦਾ ਹੋਵੇ, ਦਸਾਂ ਨਾਵਾਂ ਦੀ ਕਿਰਤ ਹੋਵੇ, ਅਤੇ ਉਹਦੇ ਵਿੱਚ ਪਾਪ ਦੀ ਮਾਇਆ ਨਾ ਇਕੱਠੀ ਹੋਵੇ, ਅਤੇ ਫਿਰ ਜੀਵਨ ਸਫਲ ਹੋ ਜਾਣਾ। ਇਸ ਕਰਕੇ ਆਓ ਸਮਾਪਤੀ ਵੱਲ ਨੂੰ ਹੋਈਏ, ਸੰਸਾਰ 'ਤੇ ਆਏ ਪ੍ਰਾਣੀ ਆਇਓ ਰਾਹ ਲੈਣ, ਲੱਗਾ ਕਿਤੇ ਪਕੜੇ ਸਭ ਮੁਕਦੀ ਚੱਲੀ। ਇਲਾਕੇ ਦਾ MLA ਬਣਦਾ, ਕੋਈ MP ਬਣਦਾ, ਕੋਈ ਮੁੱਖ ਮੰਤਰੀ ਬਣਦਾ, ਕੋਈ ਪ੍ਰਧਾਨ ਮੰਤਰੀ ਬਣਦਾ, ਇਹ ਪ੍ਰਾਰੰਭ ਅਨੁਸਾਰ ਸਾਰਿਆਂ ਨੂੰ ਲੱਗਦਾ ਜਿਹੋ ਜਿਹਾ ਬੀਜਿਆ, ਅਤੇ ਪਿਆਰੇ ਉੱਠੇ ਸਾਰੇ ਰਲ ਕੇ ਧਰਮ ਨਾਲ ਕੰਮ
ਕਰੀਏ, ਦੁਖੀਆਂ ਨੂੰ ਸੁਖੀ ਕਰੀਏ, ਰਹਿੰਦੀ ਦੁਨੀਆਂ ਤੱਕ ਨਾਮ ਰਹਿ ਜਾਵੇਗਾ। ਇਸੇ ਕਰਕੇ ਦੁਨੀਆਂ ਪੈ ਜਾਂਦੀ ਹੈ, ਬੰਦਿਆ ਸੜ ਜਾ ਕੋਈ ਨੀ। ਦੁਨੀਆਂ ਤੋਂ ਜਾਣਾ ਇੱਕ ਦਰਸਾਇਆ ਨੇ, ਆਓ ਇੱਕ ਧਾਰਨਾ ਪੜ੍ਹ ਕੇ ਫਿਰ ਸਮਾਪਤੀ ਕਰੀਏ। ਕੋਈ ਰਸਣਾ ਵੀ ਖਾਲੀ ਨਾ ਰਹਿ ਜਾਵੇ। ਆਏ ਸੰਸਾਰ ਤੇ ਨਾਂ ਸਾਰੀ ਧਾਰਨਾ ਚਾਹੁੰਦੇ ਹਾਂ, ਪਰ ਪਿਆਰੇ ਧਰਮ ਦੇ ਕੰਮ ਕਰੀਏ, ਅੱਗੇ ਨੂੰ ਨਾਂ ਫੇਰ ਰਹਿਣਾ। ਪਿਛਲਾ ਤਾਂ ਜਿਹੜਾ ਬੀਜਿਆ ਹੁਣ ਮਿਲਿਆ ਹੋਇਆ, ਜਿਹੜਾ ਮਿਲਿਆ ਹੋਇਆ ਜੇਬ ਦੇ ਵਿੱਚ ਖਰਚਾ ਪਾਇਆ ਹੋਇਆ, ਉਹਦੇ ਨਾਲ ਕਿਤੇ ਲਾਹਾ ਲੈ ਕੇ ਦੇਖ ਲੈ, ਜੇ ਕਿਤੇ ਪਿਆ ਹੀ ਰਹਿ ਗਿਆ ਅੱਗੇ ਨੂੰ ਕਰਨ ਨਵਾਂ ਖੜਾ ਹੋ ਜਾਊਗਾ। ਇਸ ਕਰਕੇ ਆਓ, ਦੁਨੀਆਂ ਪਈ ਜਾਂਦੀ ਹੈ, ਬੰਦਿਆ ਸੜ ਜਾ ਕੋਈ ਇੱਕ ਨਾਨਕਾ ਨਾਂ ਦੇਵੀ ਜਿਹੜੇ
ਜਿੱਥੇ ਲੋਕ ਪੀਣਗੇ ਪਾਣੀ ਪਾਣੀ ਕਹਿੰਦੇ ਇੱਕ ਨਲਕਾ ਲਾ ਦੀ ਜਿੱਥੇ ਸੰਸਾਰ ਪਾਣੀ ਪੀਵੇ ਪਿਆਸਾ ਹੋਵੇ ਕੋਈ ਜੀਵ ਜੰਤੂ ਪਾਣੀ ਪੀਵੇ ਅੱਗੇ ਕੀ ਕਹਿੰਦੇ ਚਲੇ ਜਾਣਾ ਕਿਸੇ ਦੀ ਕੋਈ ਬਣਿਆ ਨਹੀਂ ਆਉ ਸਾਰੇ ਪ੍ਰੇਮ ਦੇ ਨਾਲ
ਸਤਿ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਆ ਉਹਨਾਂ ਹੁਕਮਾਂ ਦੇ ਮੁਤਾਬਕ ਚੌਧਰੀ ਹੰਸ ਰਾਜ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੋ ਕਿਸੇ ਵੀ ਵਿਅਕਤੀ ਦਾ ਚਲੇ ਜਾਣ ਦੇ ਨਾਲ ਜੋ ਘਾਟਾ ਹੈ ਬਹੁਤ ਵੱਡਾ ਹੋਇਆ ਕਰਦਾ ਹੈ ਦੁੱਖ ਹੁੰਦਾ ਹੈ ਪਰ ਚੌਧਰੀ ਹੰਸ ਰਾਜ ਜੀ ਉਹਨਾਂ ਦਾ ਜਿੱਥੇ ਵੱਡਾ ਦੁੱਖ ਹੈ ਉੱਥੇ ਤਸੱਲੀ ਇਸ ਗੱਲ ਦੀ ਹੈ ਕਿ ਉਹਨਾਂ ਦੀ ਸ਼ਦਰ ਛਾਇਆ ਹੇਠ ਇਸ ਪਰਿਵਾਰ ਨੂੰ ਬੜਾ ਲੰਬਾ ਸਮਾਂ ਰਹਿਣ ਦਾ ਮੌਕਾ ਮਿਲਿਆ ਔਰ ਇਸ ਪਰਿਵਾਰ ਨੇ ਉਹਨਾਂ ਦੀ ਸਿੱਖਿਆ 'ਤੇ ਚੱਲਦਿਆਂ ਹੋਇਆਂ ਜਿੱਥੇ ਉਹਨਾਂ ਨੇ ਆਪਣੀ ਛੋਟੀ ਉਮਰ ਦੇ ਵਿੱਚ ਪੁਲਿਸ ਵਿੱਚ ਭਰਤੀ ਹੋ ਕੇ ਇਸ ਪਰਿਵਾਰ ਨੂੰ ਉੱਚਾ ਚੁੱਕਣ ਦੇ ਲਈ ਖਿੜਕੀਦਾਰੀ ਦੇ ਕਿੱਤੇ ਵਿੱਚ ਕੰਮ ਕੀਤਾ ਉਹਨਾਂ ਦਾ ਪਰਿਵਾਰ ਉਹਨਾਂ ਦਾ ਸਪੁੱਤਰ ਰਜੇਸ਼ ਬਹੁਤ ਉਹਨਾਂ ਦੇ ਪਦ ਦਿਨਾਂ 'ਤੇ ਚੱਲਦਿਆਂ ਹੋਇਆਂ ਅੱਗੇ ਵੱਧ ਰਿਹਾ ਹੈ ਸੋ ਮੈਂ ਦੇਖ ਰਿਹਾ ਹਾਂ ਇਸ ਇਕੱਠ ਦੇ ਵਿੱਚ ਬਹੁਤ ਸਾਰੇ ਬੁਲਾਰੇ ਹਨ ਜੇ ਉਹਨਾਂ ਦੀ ਸ਼ਖਸੀਅਤ ਦੇ ਬਾਰੇ ਵਿੱਚ ਕਿਹਾ ਜਾਵੇ ਬਹੁਤ ਕੁਛ ਕਿਹਾ ਜਾ ਸਕਦਾ ਹੈ ਕਿਹਾ ਜਾ ਚੁੱਕਾ ਹੈ ਸੋ ਮਹਾਂਪੁਰਖਾਂ ਨੇ ਜ਼ਿੰਦਗੀ ਦੇ ਮੌਤ ਦੇ ਫਲਾਸਫੇ ਦੇ ਬਾਰੇ ਦੇ ਵਿੱਚ ਵੀ ਸਾਨੂੰ ਸੇਧ ਦੇਣ ਦਾ ਜੋ ਯਤਨ ਕੀਤਾ ਹੈ ਜਿੱਥੇ ਮੈਂ ਸਮਝਦਾ ਇਹ ਪਰਿਵਾਰ ਸਮਾਜ ਦੀ ਸੇਵਾ ਕਰਦਾ ਹੈ ਉੱਥੇ ਇਹ ਪਰਿਵਾਰ ਰਾਜਨੀਤਿਕ ਖੇਤਰ ਦੇ ਵਿੱਚ ਵੀ ਆਪਣੀ ਜਗ੍ਹਾ ਬਣਾ ਕੇ ਬੈਠਾ ਹੈ ਕਿਉਂਕਿ ਉਹਨਾਂ ਦਾ ਦੋਹਤਰਾ ਸੰਜੀਵ ਪਿੰਟੂ ਭਾਰਤੀ ਜਨਤਾ ਪਾਰਟੀ ਦੇ ਵਿੱਚ ਵਧੀਆ ਸਵਾਲਾਂ ਨੂੰ ਆ ਕੇ ਜਿਵੇਂ ਹਰ ਪਾਰਟੀ ਦੀ ਇਹ ਯਤਨ ਹੁੰਦਾ ਹੈ ਕਿ ਸਮਾਜ ਦੀ ਸੇਵਾ ਕੀਤੀ ਜਾਵੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੇਵਾ ਨਿਭਾ ਰਿਹਾ ਹੈ ਸੋ ਮੈਂ ਅਰਦਾਸ ਕਰਦਾ ਗੁਰੂ ਦੇ ਗੁਰੂ ਚਰਨਾਂ 'ਚ ਕਿ ਅਕਾਲ ਪੁਰਖ ਵਾਹਿਗੁਰੂ ਚੌਧਰੀ ਹੰਸਰਾਜ ਜੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਔਰ ਪਰਮਾਤਮਾ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਫੁੱਲਾਂ ਦੀ ਮਾਫੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸਾਹਿਬ ਸਤਿ ਸਾਹਿਬ ਬਹੁਤ ਬਹੁਤ ਧੰਨਵਾਦ ਵੀਰ ਜੀ ਉਹਨਾਂ ਦਾ ਹੁਣ ਮੈਂ ਬੇਨਤੀ ਕਰਦਾ 2 ਮਿੰਟ ਦੇ ਲਈ ਤਰਸੇਮ ਜੀ ਚਨਿਆਣੀ ਚੇਅਰਮੈਨ ਸਾਹਿਬ ਉਹਨਾਂ ਨੂੰ ਉਹ ਇਸੀ ਤਰ੍ਹਾਂ ਆਪਣੀ ਹਾਜ਼ਰੀ ਲਵਾਉਣਾ ਚਾਹੁੰਦੇ ਹਾਂ ਮੈਂ ਬੇਨਤੀ ਕਰਾਂ ਚੇਅਰਮੈਨ ਬਿਮਲ ਕੁਮਾਰ ਜੀ ਸਾਬਕਾ ਚੇਅਰਮੈਨ ਬਿਮਲ ਕੁਮਾਰ ਜੀ ਨੂੰ 2 ਮਿੰਟ ਦੇ ਲਈ ਉਹ ਵੀ ਸ਼ਰਧਾ ਦੇ ਪੁਰ ਭੇਟ ਕਰ ਬਹੁਤ ਹੀ ਸਤਿਕਾਰਯੋਗ ਮਹਾਨ ਸ਼ਖਸੀਅਤ ਚੌਧਰੀ ਹੰਸ ਰਾਜ ਜੀ ਠੇਕੇਦਾਰ ਦੇ ਉਹਨਾਂ ਦੇ ਅੰਤਿਮ ਅਰਦਾਸ ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਸਾਰੇ ਰਿਸ਼ਤੇਦਾਰ ਅਤੇ ਮਿੱਤਰ ਸੱਜਣ ਇੱਥੇ ਪਹੁੰਚੇ ਹਨ ਠੇਕੇਦਾਰ ਸਾਹਿਬ ਸਾਨੂੰ ਕੁਛ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਠੇਕੇਦਾਰ ਜੀ ਬਾਰੇ ਸਾਰਿਆਂ ਨੂੰ ਪਤਾ ਕਿ ਬਹੁਤ ਹੀ ਅੱਛੇ ਇਨਸਾਨ ਸੀ ਮਿਲਣਸਾਰ ਇਨਸਾਨ ਸੀ ਮਿੱਠ ਬੋਲੜੇ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਦਿੱਲੀ ਦੇ ਸਰਵਿਸ ਕੀਤੀ ਸਰਵਿਸ ਤੋਂ ਰਿਟਾਇਰ ਹੋ ਕੇ ਆ ਕੇ ਉਹਨਾਂ ਨੇ ਆਪਣੀ ਠੇਕੇਦਾਰੀ ਦਾ ਕਿੱਤਾ ਜਿਹੜਾ ਸ਼ੁਰੂ ਕੀਤਾ ਜੇ ਆਪਣੇ ਪਿੰਡ ਦੇ ਵਿੱਚ ਆਪਣਾ ਨਾਮ ਲਾਇਆ ਬਲਾ ਜੋ ਹਲਕੇ ਦੇ ਵਿੱਚ ਆਪਣਾ ਨਾਮ ਲਾਇਆ ਮੈਂ ਸਮਝਦਾ ਦੂਸਰੇ ਜ਼ਿਲ੍ਹੇ ਦੇ ਵਿੱਚ ਜਾ ਕੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਆਪਣਾ ਨਾਂ ਜਿਹੜਾ ਉੱਚਾ ਕੀਤਾ ਔਰ ਸਾਰੇ ਸਮਾਜ ਦਾ ਜਿਹੜਾ ਨਾਂ ਉਹਨਾਂ ਨੇ ਉੱਚਾ ਕੀਤਾ ਬਹੁਤ ਵੱਡਾ ਘਾਟਾ ਹੈ ਠੇਕੇਦਾਰ ਸਾਹਿਬ ਦਾ ਉਹਨਾਂ ਦੇ ਜਾਣ ਦਾ ਮੈਂ ਸਮਝਦਾ ਇਕੱਲੇ ਪਰਿਵਾਰ ਨੂੰ ਘਾਟਾ ਨਹੀਂ ਸਾਡੇ ਨਗਰ ਤੇ ਧਾਣਾ ਨੂੰ ਘਾਟਾ ਨਹੀਂ ਸਾਰੇ ਸਮਾਜ ਨੂੰ ਸਾਰੇ ਇਲਾਕੇ ਨੂੰ ਬਹੁਤ ਵੱਡਾ ਘਾਟਾ ਜਿਹੜਾ ਕਿ ਨਾ ਪੂਰਾ ਹੋਣ ਵਾਲਾ ਮੈਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਉਹਨਾਂ ਨੂੰ ਸ਼ਰਧਾ ਫੁੱਲ ਭੇਟ ਕਰਦਾ ਹੋਇਆ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਹੈ ਵਿਛੜੇ ਹੋਏ ਆਤਮਾ ਨੂੰ ਮਾਲਕ ਆਪਣੇ ਜਾਨਾਂ 'ਚ ਨਿਵਾਸ ਦੇਵੇ ਜੋ ਕਿ ਬਹੁਤ ਵੱਡਾ ਘਾਟਾ ਨਾ ਸਹਿਣ ਜੋ ਕਿ ਉਹਨੂੰ ਸਹਿਣ ਦਾ ਬਲ ਬਖਸ਼ੇ ਪਰਮਾਤਮਾ ਔਰ ਮਿਹਰ ਭਰਿਆ ਹੱਥ ਰੱਖੇ ਬੱਚਿਆਂ ਦੇ ਪਰਿਵਾਰ 'ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਦਾ ਹੁਣ ਮੈਂ ਬੇਨਤੀ ਕਰਾਂ 2 ਮਿੰਟ ਦੇ ਲਈ ਸੋਨੂ ਭਾਟੀਆ ਜੀ ਸੋਨੂ ਭਾਟੀਆ ਬਹੁਤ ਹੀ ਪਰਮ ਪੂਜਨੀ ਹੈ ਚੱਕੂ ਬਾਬਾ ਗਰੀਬਦਾਸ ਜੀ ਦੀ ਅੰਮ੍ਰਿਤ ਪਈ ਗੁਰਬਾਣੀ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੋ ਗੁਰੂ ਸਾਧ ਸਿੰਘ ਜੀ ਉਹ ਤਤ ਸਾਹਿਬ ਜਿਹਾ ਕਿ ਲਿਖਿਆ ਤੇ ਹੁਕਮ ਕਮਾਏ ਕੰਨਿਆ ਦਾ ਨਾਨਕਾ ਸਦੇ ਉੱਠ ਜਾਏ ਅਤੇ ਮਹਾਂਪੁਰਖ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਰਿਸ਼ਤੇਦਾਰ
ਸ੍ਰੀ ਗੁਰੂ ਅਰਹੰਤ ਸਾਹਿਬ ਜੀ ਪ੍ਰਭੂ ਦੇ ਚਰਨਾਂ ਦੇ ਜਾਣ ਵਾਸਤੇ ਅੱਜ ਜਿੱਥੇ ਮੈਂ ਦੇਖਦਾ ਕਿ ਸਾਰੇ ਸਿਆਸੀ ਪਾਰਟੀਆਂ ਦੇ ਆਗੂ ਵੱਖ ਵੱਖ ਸਮਾਜ ਸੇਵੀ ਸਾਰੀ ਸਾਧ ਸੰਗਤ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇੱਥੇ ਇਕੱਠੀ ਹੋਈ ਹੈ। ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਦੱਸਿਆ ਇਹੋ ਜਿਹੀ ਸ਼ਖਸੀਅਤ ਜਿਨ੍ਹਾਂ ਨੇ ਆਪਣੇ ਛੋਟੇ ਨਗਰ ਤੋਂ ਉੱਠ ਕੇ ਜਿੱਥੇ ਖੇਤੀਬਾੜੀ ਆਪਣੇ ਖੇਤੀਬਾੜੀ ਦੇ ਕਿੱਤੇ ਦੇ ਵਿੱਚ ਆਪਣਾ ਨਾਂ ਚਮਕਾਇਆ, ਉਹਨਾਂ ਨੇ ਪੁਲਿਸ ਦੇ ਵਿੱਚ ਵੀ ਸੇਵਾ ਕੀਤੀ। ਇਹੋ ਜਿਹੀਆਂ ਸ਼ਖਸੀਅਤਾਂ ਜਿਹੜੀਆਂ ਛੋਟੇ ਨਗਰ ਤੋਂ ਉੱਠ ਕੇ ਇੱਕ ਆਪਣੇ ਜ਼ਿਲ੍ਹੇ ਲੈਵਲ 'ਤੇ ਪੰਜਾਬ ਲੈਵਲ 'ਤੇ ਉਹਨਾਂ ਨੇ ਆਪਣੀ ਬਰਾਦਰੀ ਦਾ ਨਾਂ ਚਮਕਾਇਆ, ਬਹੁਤ ਹੀ ਇੱਕ ਪੁੱਲ ਦੇ ਸਵਾਦ ਦੇ ਦਾਨੀ ਸੱਜਣ ਸਨ। ਇਹੋ ਜਿਹੇ ਸ਼ਖਸੀਅਤ ਦੇ ਤੁਰ ਜਾਣ ਦੇ ਨਾਲ ਜਿੱਥੇ ਇਕੱਲੇ ਕਿਸੇ ਪਿੰਡ ਨੂੰ ਲੱਗਣ ਨੂੰ ਘਾਟਾ ਨਹੀਂ ਪੈਂਦਾ, ਇਹ ਸਮੁੱਚੇ ਇਲਾਕੇ ਨੂੰ ਉਹਨਾਂ ਦੀ ਘਾਟ ਹੈ। ਪਰ ਅਕਾਲ ਪੁਰਖ ਵਾਹਿਗੁਰੂ ਦਾ ਪਾਣ ਇੱਥੇ ਕਰਿਆ ਕੁਝ ਨਹੀਂ ਜਾ ਸਕਦਾ। ਔਰ ਵੱਖ ਵੱਖ ਪਾਰਟੀਆਂ ਦੇ ਸਾਰੇ ਨੇਤਾ ਨੂੰ ਸਮਾਜ ਸੇਵਕ ਸਭ ਨੂੰ ਪਤਾ ਕਿ ਚੌਧਰੀ ਹੰਸਰਾਜ ਜੀ ਜਿਹੜੇ ਕਿ ਸਾਨੂੰ ਕਾਫੀ ਦਿਨ ਪਹਿਲਾਂ ਵਿਛੋੜਾ ਦੇ ਚੁੱਕੇ ਨੇ, ਅੱਜ ਉਹਨਾਂ ਦੀ ਅੰਤਿਮ ਅਰਦਾਸ ਮਹਾਰਾਜ ਦੀ ਹਜ਼ੂਰੀ 'ਚ ਵੋਟ ਪਵਾ ਕੇ ਸ਼ਾਂਤੀ ਦੀ ਪਾਠ ਕੀਤਾ ਗਿਆ। ਹੰਸਰਾਜ ਦਾ ਜੀਵਨ ਮੈਂ ਸਮਝਦਾ ਕਿ ਸਾਨੂੰ ਬਚਪਨ ਤੋਂ ਦੇਖਣ ਨੂੰ ਮਿਲਿਆ ਕਿ ਬੜਾ ਹੀ ਸ਼ਾਂਤ ਸੁਭਾਅ ਸੀ ਔਰ ਸਮਾਜ ਦੇ ਅੰਦਰ ਆਪਣੀ ਪਕੜ ਰੱਖਦੇ ਸੀ। ਪਹਿਲਾਂ ਉਹਨਾਂ ਨੇ ਸਰਵਿਸ ਦੇ ਅੰਦਰ ਆਪਣਾ ਜੀਵਨ ਬਤੀਤ ਕੀਤਾ, ਫਿਰ ਉੱਥੋਂ ਆਉਣ ਤੋਂ ਬਾਅਦ ਠੇਕੇਦਾਰੀ ਸਿਸਟਮ 'ਚ, ਜਿਹੜਾ ਠੇਕੇਦਾਰੀ ਸਿਸਟਮ ਮੈਂ ਸਮਝਦਾ ਕਿ ਸਾਡੇ ਪਛੜੀ ਸ਼੍ਰੇਣੀ ਦੇ ਲੋਕਾਂ ਨੇ ਪੰਜਾਬ ਦੇ ਹਰ ਕੋਨੇ ਕੋਨੇ 'ਚ ਜਾ ਕੇ ਉੱਥੇ ਆਪਣੀ ਅਲੱਗ ਅਲੱਗ ਪਹਿਚਾਣ ਬਣਾਈ ਸੀ। ਉਸ ਪਹਿਚਾਣ ਦੇ ਅੰਦਰ ਹੰਸਰਾਜ ਠੇਕੇਦਾਰ ਜੀ, ਜਦੋਂ ਮੈਂ ਸਮਝਦਾ ਕਿ ਚੌਧਰੀ ਨੰਦ ਲਾਲ ਜੀ ਵੀ ਪਹਿਲਾਂ ਇਹਦੇ ਵਿੱਚੋਂ ਗੁਜ਼ਰੇ ਹੈ ਔਰ ਉਸ ਵੇਲੇ ਇਹਨਾਂ ਨੇ ਇੱਕ ਯੂਨੀਅਨ ਬਣਾ ਕੇ ਪੰਜਾਬ ਦੇ ਵਿੱਚ ਵੱਡਾ ਧਮਾਕਾ ਕੀਤਾ ਸੀ। ਇਹਨਾਂ ਨੇ ਆਪਣੇ ਆਪ ਨੂੰ ਲੀਡਿੰਗ ਠੇਕੇਦਾਰਾਂ ਵਿੱਚ ਸ਼ਾਮਿਲ ਕੀਤਾ ਔਰ ਉਹਦੇ ਨਾਲ ਇਹਨਾਂ ਦੀ ਸਰਕਾਰਾਂ ਦੇ ਅੰਦਰ ਹਰ ਇਲਾਕੇ ਦੇ ਅੰਦਰ ਪਹਿਚਾਣ ਬਣੀ ਔਰ ਆਪਣੇ ਕਿੱਤੇ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਮੈਂ ਸਮਝਦਾ ਕਿ ਸਭ ਨੂੰ ਲਾਭ ਮਿਲਣ ਦੀ ਕੋਸ਼ਿਸ਼ ਹੋਈ ਔਰ ਉਸ ਲਾਭ ਦੇ ਵਿੱਚ ਇਹਨਾਂ ਸਭ ਦਾ ਯੋਗਦਾਨ ਰਿਹਾ, ਜਿਸ ਕਰਕੇ ਅੱਜ ਜਿਹੜਾ ਐਸਾ ਵਿਅਕਤੀ ਜਿਹੜਾ ਹਰ ਜਗ੍ਹਾ 'ਤੇ ਜਾ ਕੇ ਆਪਣੀ ਪਛਾਣ ਬਣਾ ਸਕਦਾ ਹੋਵੇ ਔਰ ਸਮਾਜ ਦੀ ਨੁਮਾਇੰਦਗੀ ਕਰ ਸਕਦਾ ਹੋਵੇ, ਉਸਦਾ ਸਾਨੂੰ ਹਮੇਸ਼ਾ ਹੀ ਘਾਟਾ ਰਹੇਗਾ। ਅੱਜ ਉਹਨਾਂ ਦੀ ਜੋ ਦਿਲ ਦੀ ਇੱਛਾ ਸੀ, ਮੈਨੂੰ ਕਾਫੀ ਸਮਾਂ ਪਹਿਲਾਂ 1994 'ਚ ਮੈਂ ਜਦੋਂ ਮੈਂ ਉਸ ਵੇਲੇ BJP ਦਾ ਕਿਸਾਨ ਮੋਰਚਾ ਅਧਿਅਕਸ਼ ਸੀਗਾ ਤਾਂ ਮੈਨੂੰ ਸੰਗਰੂਰ ਜਾਣ ਦਾ ਮੌਕਾ ਮਿਲਿਆ। ਤਾਂ ਮੈਂ ਜਦੋਂ ਸੰਗਰੂਰ ਗਿਆ ਤਾਂ ਉੱਥੇ ਚੌਧਰੀ ਹੰਸਰਾਜ ਜੀ ਮੰਡੀ ਦੇ ਅੰਦਰ ਔਰ ਦੇਸ਼ਰਾਜ ਜੀ ਜੋ ਰਾਜੂਮਾਜਰੇ 'ਚ ਉਹਨਾਂ ਦੇ ਕੋਲ ਕੰਮ ਕਰਦੇ ਸੀ, ਉੱਥੇ ਇਹਨਾਂ ਨੇ ਆਪਣੀ ਸਾਰੀ ਗੱਲਬਾਤ ਦੱਸੀ। ਉਹ ਬੜੀ ਮਿਹਨਤ ਦੇ ਨਾਲ ਇਹਨਾਂ ਨੇ ਮੇਰੇ ਸਮਝਦਾ ਸੀ ਸੰਗਰੂਰ 'ਚ ਆਪਣਾ ਨਾਮ ਬਣਾਇਆ। ਸੋ ਅੱਜ ਸਾਥੀਓ, ਇਸ ਕਰਕੇ ਅਸੀਂ ਅੱਜ ਉਹਨਾਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਮਾਜ ਦੇ ਸਭ ਲੋਕ ਇਕੱਠੇ ਹੋਏ ਔਰ ਸੰਗਰੂਰ ਤੋਂ ਵੀ ਲੋਕ ਆਏ ਹੋਣਗੇ। ਸੋ ਅੱਜ ਦੀ ਕੜੀ ਦੇ ਅੰਦਰ ਜੋ ਦੇਖਣ ਨੂੰ ਮਿਲ ਰਿਹਾ ਕਿ ਤਿੰਨੋਂ ਜੋ ਪਿਛਲੀ ਵਾਰ ਚੁਣਾਵ ਦੇ ਉਮੀਦਵਾਰ ਸੀ ਸਾਡੇ, ਉਹ ਵੀ ਅੱਜ ਇੱਥੇ ਇਸ ਫੰਕਸ਼ਨ 'ਚ ਇਕੱਠੇ ਹੋਏ। ਦਰਸ਼ਨ ਲਾਲ ਜੀ ਜੋ ਵਿਧਾਇਕ ਬਣੇ ਉਹ ਵੀ ਬੈਠੇ, ਨੰਦ ਲਾਲ ਜੀ ਜੋ ਸੈਕਿੰਡ ਆਏ ਉਹ ਵੀ ਬੈਠੇ ਹੈ ਔਰ ਬ੍ਰਿਗੇਡੀਅਰ ਸਾਹਿਬ ਵੀ ਬੈਠੇ ਹੈ, ਉਸੀ ਤਰ੍ਹਾਂ ਰਾਜਵਿੰਦਰ ਲੱਕੀ ਜੀ ਵੀ ਬੈਠੇ ਹੈ। ਸੋ ਮੈਂ ਹਰਪੀ ਸਿੰਘ ਜੀ ਜੋ ਸਮਾਜ ਦੇ ਮੋਢੀ ਹੈ ਔਰ ਸਮਾਜ ਸੇਵਕ ਹੈ ਉਹ ਵੀ ਬੈਠੇ ਹੈ। ਇੱਥੋਂ ਸਾਨੂੰ ਦੇਖਣ ਨੂੰ ਮਿਲਦਾ ਕਿ ਸਮਾਜ ਦੀ ਜੋ ਸਾਡੀ ਪ੍ਰਕਿਰਿਆ ਹੈ ਉਹਦੇ ਵਿੱਚ ਇਹਨਾਂ ਦਾ ਵੱਡਾ ਯੋਗਦਾਨ ਸੀ, ਕਿਉਂਕਿ ਇੱਥੇ ਕੋਈ ਪਾਰਟੀਬਾਜ਼ੀ ਲੈਵਲ 'ਤੇ ਨਹੀਂ, ਰਿਸ਼ਤੇਦਾਰੀਆਂ ਦਾ ਐਸਾ ਸਾਂਝ ਹੈ ਕਿ ਅਸੀਂ ਆਪਣੇ ਸਮਾਜ ਨੂੰ ਕਿਸੇ ਵੀ ਰਾਜਨੀਤਿਕ ਪਾਰਟੀ 'ਚ ਨਹੀਂ ਬਣ ਸਕਦੇ, ਐਸੀ ਵਿਆਖਿਆ ਦੇਖਣ ਨੂੰ ਮਿਲ ਰਹੀ ਹੈ। ਇਸ ਕਰਕੇ ਮੈਂ ਸਮਝਦਾ ਕਿ ਜਿਹੜਾ ਚੌਧਰੀ ਹੰਸਰਾਜ ਜੀ ਦਾ ਸੁਪਨਾ ਸੀਗਾ ਉਹਨੂੰ ਸਾਕਾਰ ਕਰਨ ਲਈ ਅੱਜ ਸਾਰੇ ਵਿਅਕਤੀਆਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਤੁਸੀਂ ਆਪਣੇ ਸਮਾਜ ਦੀ ਬਿਹਤਰੀ ਲਈ ਅਗਰ ਕੰਮ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਜਿਸ ਜਿਸ ਵਿਅਕਤੀ ਨੂੰ ਜਿਹੜੀ ਵੀ ਪਾਰਟੀ 'ਚ ਸਤਾ 'ਚ ਹੋਵੇ ਜਾਂ ਵਿਰੋਧੀ ਧਿਰ ਵਿੱਚ ਹੋਵੇ ਮੌਕਾ ਮਿਲਦਾ ਤਾਂ ਸਾਰਾ ਸਮਾਜ ਉਹਨੂੰ ਸਹਿਯੋਗ ਦੇਵੇ ਤਾਂ ਕਿ ਅਸੀਂ ਪੰਜਾਬ ਦੇ ਅੰਦਰ ਆਪਣੀ ਵੱਖਰੀ ਪਛਾਣ ਬਣਾ ਕੇ ਪੰਜਾਬ ਦੀ ਧਰਤੀ 'ਤੇ ਆਪਣੇ ਜਿਹੜੇ ਪਛੜੀ ਸ਼੍ਰੇਣੀ ਦੇ ਬਜ਼ੁਰਗ ਹੈ ਉਹਨਾਂ ਦੀ ਜਿਹੜੀ ਆਸ਼ਾ ਸੀਗੀ ਉਹਨੂੰ ਪੂਰਾ ਕਰਦੇ ਹੋਏ ਅੱਗੇ ਵਧੀਏ।
ਸੋ ਇਹਨਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਤੁਸੀਂ ਸਭ ਲੋਕਾਂ ਦਾ ਸਹਿਯੋਗ ਲੈ ਕੇ ਪਿਛਲੀਆਂ ਸਭ ਗੱਲਾਂ ਨੂੰ ਛੱਡ ਕੇ, ਕਿਉਂਕਿ ਅੱਜ ਸਮਾਂ ਰਾਜਨੀਤੀ ਦਾ ਵੀ ਬਦਲ ਚੁੱਕਾ, ਦੇਸ਼ ਦੇ ਅੰਦਰ ਵੀ ਬਦਲ ਚੁੱਕਾ, ਪੰਜਾਬ ਦੇ ਅੰਦਰ ਵੀ ਬਦਲ ਚੁੱਕਾ। ਇਸ ਕਰਕੇ ਤੁਸੀਂ ਹਰ ਗੱਲ ਨੂੰ ਛੱਡ ਕੇ ਵਿਕਾਸ ਦੇ ਨੀਤੀ ਵੱਲ ਚੱਲ ਕੇ ਉਹਨਾਂ ਦੀ ਜਿਹੜੀ ਹੈ ਇਸ ਅੰਤਮ ਅਰਦਾਸ ਵਿੱਚ ਫੈਸਲਾ ਕਰਕੇ ਜਾਇਓ ਕਿ ਅਸੀਂ ਸਮਾਜ ਦੀ ਬਿਹਤਰੀ ਲਈ ਕੰਮ ਕਰਨਾ। ਇਹੀ ਸਾਡੀ ਸੱਚੀ ਉਹਨਾਂ ਨੂੰ ਸ਼ਰਧਾਂਜਲੀ ਹੋਏਗੀ, ਇਹੀ ਸਾਡੇ ਇਲਾਕੇ ਦੇ ਪ੍ਰਤੀ ਤਰੱਕੀ ਦੀ ਆਸਥਾ ਹੋਏਗੀ। ਸੋ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਰਜ਼ਾ ਲੈਂਦਾ, ਆਪਣੇ ਵੱਲੋਂ ਮੈਂ ਉਹਨਾਂ ਨੂੰ ਸ਼ਰਧਾ ਦੇ ਭੁੱਲ ਭੇਟ ਕਰਦਾ, ਔਰ ਭਾਜਪਾ ਵੱਲੋਂ, ਪੰਜਾਬ ਵੱਲੋਂ, ਓ ਬੀ ਸੀ ਮੋਰਚਾ ਪੰਜਾਬ ਵੱਲੋਂ, ਕੋਰਨੀ ਸਪੋਰ ਪਾਰਟੀ ਵੱਲੋਂ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ, ਔਰ ਪਰਿਵਾਰ ਨੂੰ ਭਰੋਸਾ ਦਿਲ ਵਿਸ਼ਵਾਸ ਦਿਲਾਵਾਂ ਕਿ ਪਾਰਟੀ ਹਮੇਸ਼ਾ ਤੁਹਾਡੇ ਨਾਲ ਖੜੀ ਹੈ, ਔਰ ਅਸੀਂ ਤੁਹਾਡੇ ਨਾਲ ਖੜੇ ਹਾਂ, ਕਿਉਂਕਿ ਤੁਹਾਡਾ ਜਿਹੜਾ ਯੋਗਦਾਨ ਰਿਹਾ ਹੈ ਉਹ ਹਮੇਸ਼ਾ ਹੀ ਸਮਾਜ ਦੇ ਪ੍ਰਤੀ ਹਾਂ ਪੱਖੀ ਔਰ ਵਿਕਾਸ ਪੱਖੀ ਰਿਹਾ ਹੈ। ਇਸ ਤੋਂ ਜ਼ਿਆਦਾ ਨਾ ਕਹਿੰਦਾ ਹੋਇਆ ਮੈਂ ਰਜ਼ਾ ਲੈਂਦਾ। ਬਹੁਤ ਬਹੁਤ ਧੰਨਵਾਦ ਹੈ ਚੌਹਾਨ ਸਾਹਿਬ ਦਾ, ਜਿਹੜੇ ਓ ਬੀ ਸੀ ਮੋਰਚਾ ਦੇ ਪ੍ਰਧਾਨ ਨੇ ਪੰਜਾਬ ਦੇ। ਹੁਣ ਮੈਂ ਬੇਨਤੀ ਕਰਾਂਗਾ ਵੀਰ ਪ੍ਰੇਮ ਚੰਦ ਜੀ ਭੀਮਾ ਜੀ ਨੂੰ 2 ਮਿੰਟ ਦੇ ਲਈ ਉਹ ਆਪਣੇ ਵਿਚਾਰ ਰੱਖਣ, ਸਮੇਂ ਦੇ ਅੰਦਰ ਹੀ ਰਹਿ ਕੇ ਸਾਰਿਆਂ ਨੇ ਸ਼ਰਧਾਂਜਲੀ ਜਿਹੜੀ ਦੇਣੀ ਹੈ। ਸਾਡੇ ਬਹੁਤ ਹੀ ਪਰਮ ਸਤਿਕਾਰਯੋਗ ਸਮਾਜ ਨੂੰ ਸੇਧ ਦੇਣ ਵਾਲੇ, ਬਲਾਚੌਰ ਹਲਕੇ ਦੇ ਨਾਂ ਨੂੰ ਉੱਚਾ ਕਰਨ ਵਾਲੇ, ਆਪਣੇ ਕਿੱਤੇ ਦੇ ਵਿੱਚ ਰਹਿ ਕੇ ਆਪਣੇ ਸਾਥੀ ਆਪਣੇ ਸਹਿਯੋਗੀਆਂ ਨਾਲ ਉੱਚੀ ਸਾਂਝ ਪਾਉਣ ਵਾਲੇ ਠੇਕੇਦਾਰ ਹੰਸਰਾਜ ਜੀ ਦੀ ਅੱਜ ਅਸੀਂ ਅੰਤਮ ਅਰਦਾਸ ਦੇ ਵਿੱਚ ਸਾਰੇ ਸ਼ਾਮਲ ਹੋਏ। ਭਾਦੋ ਮਹੀਨਾ ਚੱਲ ਰਿਹਾ, ਮੈਨੂੰ ਯਾਦ ਹੈ 12 ਮਾਹ ਦੇ ਵਿੱਚ ਬੜਾ ਜੀਵਨ ਬਾਰੇ ਦੱਸਿਆ ਉਹਨਾਂ ਨੇ, ਜਿਸ ਦਿਨ ਦੇ ਬੇਨਸੀ ਸੀ ਕਿਸ ਦਿਨ ਦੇ ਕਹਿ ਸਨ ਪੇਤ ਪਕੜ ਚਲਾਏ ਦੂਤ ਜੰਮ ਕਿਸੇ ਨੇ ਦੇਣੀ ਭੇਤ ਛੱਡ ਖੜੋਤੇ ਖਿੰਦ ਮਾਹੀ ਜਿਨਸਿਓ ਲਾਗਾ ਹੇਤ। ਸੋ ਇਸ ਦੇ ਵਿੱਚ ਉਹਨਾਂ ਨੇ ਸਪਸ਼ਟ ਜੋ ਸਵਾਮੀ ਜੀ ਨੇ ਅੱਗੇ ਕੀਰਤਨ ਕੀਤਾ ਬੜਾ ਸਪਸ਼ਟ ਦੱਸਿਆ ਕਿ ਹਰ ਵਿਅਕਤੀ ਨੇ ਇੱਥੋਂ ਚਲੇ ਜਾਣਾ। ਗੱਲ ਹੈ ਇੱਥੇ ਆਉਣ ਤੋਂ ਲੈ ਕੇ ਜਾਣ ਤੱਕ ਜੋ ਇਨਸਾਨ ਨੇ ਕਮਾਈ ਕੀਤੀ ਹੋਈ ਉਹ ਇੱਥੇ ਪਿੱਛੇ ਰਹਿੰਦੀ, ਉਹੀ ਉਹਦੇ ਕਰਮ ਉਹਦੇ ਨਾਲ ਜਾਂਦੇ ਅਤੇ ਉਹਦਾ ਹੀ ਪੁੰਨ ਜਿਹੜਾ ਹੈਗਾ ਪਿੱਛੇ ਪਰਿਵਾਰ ਨੂੰ ਮਿਲਦਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚੌਰੀ ਹੰਸ ਰਾਜ ਜੀ ਨੇ ਆਪਣੇ ਜੀਵਨ ਦੇ ਵਿੱਚ ਵਧੀਆ ਸੇਧਾਂ ਲੈ ਕੇ ਵਧੀਆ ਸਾਂਝਾ ਪਾ ਕੇ ਆਪਣੀ ਕਿਰਤ ਦੇ ਨਾਲ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ। ਪਰ ਇਹ ਵੀ ਕੋਈ ਅੱਤ ਕਥਨੀ ਨਹੀਂ ਕਿ ਪਰਮਾਤਮਾ ਨੇ ਵੀ ਉਹਨਾਂ ਨੂੰ ਬਖਸ਼ਿਸ਼ਾਂ ਦੇ ਵਿੱਚ ਕੋਈ ਕਮੀ ਨਹੀਂ ਛੱਡੀ। ਸਭ ਤੋਂ ਵੱਡੀ ਬਖਸ਼ਿਸ਼ ਅੱਛੇ ਨਗਰ ਦੇ ਵਿੱਚ ਜਨਮ ਲੈਣਾ, ਸੱਭਿਅਤ ਨਗਰ ਔਰ ਅੱਛੇ ਪਰਿਵਾਰ ਦੇ ਵਿੱਚ ਜਨਮ ਲੈਣਾ, ਦੋ ਭਰਾ ਦੋਨੋਂ ਹੀ ਲਛਮਣ ਦੀ ਤਰ੍ਹਾਂ ਉਹਨਾਂ ਦੇ ਅੱਗੇ ਸਾਰੀ ਜ਼ਿੰਦਗੀ ਦੀ ਨਾ ਚੌਰੀ ਦੇਵੀ ਚੰਦ ਅਤੇ ਨਾ ਚੌਰੀ ਅਮੀ ਚੰਦ ਅਤੇ ਦਈ ਉਹਨਾਂ ਦੇ ਅੱਗੇ ਨਹੀਂ ਗਏ ਅਤੇ ਭਤੀਜੇ ਉਹਨਾਂ ਦੇ ਬੇਟੇ ਤੋਂ ਵੀ ਵੱਧ ਉਹਨਾਂ ਦੇ ਆਗਿਆਕਾਰੀ ਏਮਰਾਜ ਜੀ ਸ੍ਰੀ ਰਾਮ, ਇਹ ਪਰਮਾਤਮਾ ਦੀਆਂ ਦਾਤ ਅਤੇ ਅੱਛੇ ਰਿਸ਼ਤੇਦਾਰ ਮਿਲੇ ਉਹਨਾਂ ਚੌਰੀ ਬਾਲੂ ਰਾਮ ਜੀ ਦੇ ਨਾਨਕੇ ਪਰਿਵਾਰ ਦੇ ਵਿੱਚ ਸਭ ਤੋਂ ਪਹਿਲਾਂ ਕਰਮਾਚਾਰਾ ਹੋਇਆ ਸੰਜੀਵ ਪਿੰਟੂ ਜੀ ਉਸੇ ਪਰਿਵਾਰ ਦੇ ਇਹਨਾਂ ਦੇ ਦੋਤਾ ਜੀ ਅਤੇ ਫਿਰ ਚੌਰੀ ਜਗਨਨਾਥ ਦੇ ਨਾਲ ਰਿਸ਼ਤਾ ਪਰਮਾਤਮਾ ਨੇ ਇੱਕ ਨਹੀਂ ਦੋ ਰਿਸ਼ਤੇ ਕਾਇਮ ਕੀਤੇ। ਉਹਨਾਂ ਨੇ ਇਹਨਾਂ ਨੂੰ ਸਮਾਜ ਅਤੇ ਕਾਰੋਬਾਰ ਦੇ ਵਿੱਚ ਵੀ ਬਹੁਤ ਵੱਡੀ ਸਾਂਝ ਪਾਈ ਅਤੇ ਬੜਾ ਉੱਚਾ ਚੁੱਕਿਆ ਹੋਇਆ। ਚੌਰੀ ਦਿਲਵਾਗੜਾ ਜੀ ਠੇਕੇਦਾਰ, ਉਹਨਾਂ ਦੇ ਨਾਲ ਵੀ ਬਹੁਤ ਵੱਡੀ ਸਾਂਝ ਉਹਨਾਂ ਦੀ, ਉਸ ਦੇ ਨਾਲ ਵੀ ਉਹਨਾਂ ਨੂੰ ਬੜਾ ਸਹਾਰਾ ਹਰ ਜਗ੍ਹਾ ਮਿਲਿਆ ਅਤੇ ਅੱਛੀ ਸਾਂਝ ਨਿਭਾਈ ਉਹਨਾਂ ਨੇ। ਅਤੇ ਇੱਥੋਂ ਤੱਕ ਨਹੀਂ ਇਹਨਾਂ ਦਾ ਕੀਤਾ ਹੋਇਆ ਪੁੰਨ ਉਹ ਲੜਕੀਆਂ ਨੂੰ ਵੀ ਅੱਗੇ ਪ੍ਰਾਪਤ ਹੋਇਆ, ਜਿੱਥੇ ਜਿੱਥੇ ਵੀ ਬੱਚਿਆਂ ਦੇ ਅੱਗੇ ਰਿਸ਼ਤੇ ਹੋ ਰਹੇ ਅਤੇ ਇੱਕ ਵਧੀਆ ਪਰਿਵਾਰ ਦੇ ਵਿੱਚ ਰਿਸ਼ਤੇ ਹੋ ਰਹੇ। ਗੁਰਗੁਸ਼ੀ ਜੀ ਦੱਸ ਕੇ ਅੱਗੇ ਸਾਰੇ ਰਿਸ਼ਤੇਦਾਰ ਚੌਰੀ ਆਰ ਪੀ ਸਿੰਘ ਜੀ ਹੋਣੀ, ਨਾਭੇ ਵਾਲੇ ਸਰਪਾਲ ਹੋਣੀ, ਇਹ ਸਾਰੇ ਬੈਠੇ ਮੈਂ ਸਮਝਦਾ ਇਹ ਚੌਰੀ ਹੰਸ ਰਾਜ ਜੀ ਦੀ ਕਮਾਈ ਦਾ ਵੱਡਾ ਫਲ ਹੈ। ਸੋ ਇਨਸਾਨ ਇਸ ਦੁਨੀਆਂ 'ਤੇ ਆਵੇ ਤਾਂ ਇਹੋ ਜਿਹਾ ਹੋਣਾ ਚਾਹੀਦਾ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਪੈਸੇ ਲੈਣਾ ਸੀ। ਸੋ ਉਹਨਾਂ ਨੂੰ ਦਰਗਾਹ ਦੇ ਵਿੱਚ ਵੀ ਉੱਚੀ ਥਾਂ ਮਿਲੇਗੀ, ਆਪਾਂ ਸਾਰਿਆਂ ਨੂੰ ਦੁਆਵਾਂ ਵੀ ਕਰਦੇ ਹਾਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਵੀ ਦੁਆ ਕਰਨਾ। ਲੇਕਿਨ ਇਹ ਬੜਾ ਸਪਸ਼ਟ ਪ੍ਰਮਾਣ ਹੈ ਉਹਨਾਂ ਦੀ ਕਾਰਗੁਜ਼ਾਰੀ ਤੋਂ ਬੜਾ ਸਪਸ਼ਟ ਸਿੱਧਾ ਬੜੀ ਉੱਚੀ ਥਾਂ ਪ੍ਰਾਪਤ ਹੋਣਾ। ਮੈਂ ਦੁਆ ਕਰਾਂਗਾ ਖਾਸ ਕਰਕੇ ਸੰਗਰੂਰ ਵਾਲਿਆਂ ਨੂੰ, ਉਹਨਾਂ ਦੇ ਆਪਣੇ ਸ਼ਬਦ ਹੁੰਦੇ ਸੀ ਕਿ ਮੈਂ ਜੇ ਠੇਕੇਦਾਰੀ ਕਰਦਾ ਤਾਂ ਮੈਂ ਟਰੱਕੀ ਉਹਨਾਂ ਨੂੰ ਆਪਣਾ ਭਾਈਚਾਰਾ ਸਮਝ ਕੇ ਕਰਦਾ ਅਤੇ ਟਰੱਕੀ ਯੂਨੀਅਨ ਵੀ ਹਮੇਸ਼ਾ ਇਹ ਕਹਿੰਦੀ ਹੈ ਕਿ ਹੰਸਰਾਜ ਕਾਇਮ ਹੈ ਅਤੇ ਯੂਨੀਅਨ ਵੀ ਕਾਇਮ ਹੈ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਹੰਸਰਾਜ ਜੀ ਸਾਡੇ 'ਚ ਨਹੀਂ ਰਹੇ, ਬਹੁਤ ਵੱਡਾ ਘਾਟਾ ਆਇਆ, ਪਰਿਵਾਰ 'ਤੇ ਇਸੀ ਤਰ੍ਹਾਂ ਹੱਥ ਰੱਖਣਾ ਜਿਸ ਤਰ੍ਹਾਂ ਪਹਿਲੇ ਚੌਰੀ ਹੰਸਰਾਜ ਜੀ ਦੇ ਲੰਬਾ 'ਚ ਰੱਖਿਆ। ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਵੀਰ ਜੀ ਹੁਣਾਂ ਦਾ। ਹੁਣ ਮੈਂ ਬੇਨਤੀ ਕਰੂੰਗਾ ਪ੍ਰਧਾਨ ਟਰੱਕ ਯੂਨੀਅਨ ਸੰਗਰੂਰ ਜੀ
ਨੂੰ ਉਹ ਵੀ 2 ਮਿੰਟ ਦੇ ਲਈ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨਗੇ ਪ੍ਰਧਾਨ ਟਰੱਕ ਜੀ ਨੂੰ ਸੰਗਰੂਰ ਅੱਜ ਬਾਬੂ ਹੰਸਰਾਜ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਸਾਧ ਸਿੰਘ ਤੋਂ ਸਾਥੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੂ ਹੰਸਰਾਜ ਜੀ ਦੇ ਅਕਾਲ ਚਲਾਣੇ 'ਤੇ ਜਿੰਨਾ ਘਾਟਾ ਸਾਨੂੰ ਸਾਡੀ ਟਰੱਕ ਯੂਨੀਅਨ ਵੱਲੋਂ ਸਾਰੇ ਆਪਰੇਟਰਾਂ ਨੂੰ ਪਿਆ ਉਹਨਾਂ ਮੇਰੇ ਖਿਆਲ 'ਚ ਤੁਹਾਡੇ ਇਸ ਇਲਾਕੇ ਵਿੱਚ ਨਹੀਂ ਪਿਆ ਸਾਡੇ ਸੰਗਰੂਰ ਦੇ ਵਿੱਚ ਬਾਬੂ ਹੰਸਰਾਜ ਜੀ ਦਾ ਤਕਰੀਬਨ ਪਿਛਲੇ 40 ਸਾਲਾਂ ਤੋਂ ਸਾਡੇ ਨਾਲ ਵਾਹ ਹੈ ਇੱਕ ਅਦਾਰੇ ਨਾਲ ਇੰਨਾ ਚਿਰ ਲੰਮਾ ਸਮਾਂ ਜੁੜ ਕੇ ਰਹਿਣਾ ਇਹ ਮੇਰੇ ਖਿਆਲ 'ਚ ਕਿਸੇ ਆਮ ਬੰਦੇ ਦੇ ਬਸ ਦੀ ਗੱਲ ਨਹੀਂ ਹੈ ਬੜੀ ਉੱਚੀ ਦੂਰ ਦ੍ਰਿਸ਼ਟੀ ਦੇ ਮਾਲਕ ਸੀਗੇ ਜੇ ਕਿਤੇ ਆਪਣੇ ਕਾਰੋਬਾਰ ਵਿੱਚ ਕਈ ਵਾਰੀ ਕੋਈ ਪ੍ਰੋਬਲਮ ਆਉਣੀ ਤਾਂ ਉਹਨਾਂ ਨੇ ਆਪਣੀ ਦੂਰ ਦ੍ਰਿਸ਼ਟੀ ਨਾਲ ਹੀ ਉਸਨੂੰ ਸੋਲਵ ਕੀਤਾ ਬਹੁਤ ਹੀ ਨੇਕ ਸੁਭਾਅ ਬਹੁਤ ਹੀ ਠੰਡੇ ਸੁਭਾਅ ਦੇ ਮਾਲਕ ਸਨ ਮੈਂ ਸਾਰੇ ਸਾਬਕਾ ਪ੍ਰਧਾਨਾਂ ਵੱਲੋਂ ਸਾਰੇ ਆਪਣੇ ਟਰੱਕ ਓਪਰੇਟਰ ਵੀਰਾਂ ਵੱਲੋਂ ਬਾਬੂ ਸੋਹਨ ਲਾਲ ਜੀ ਬੈਠੇ ਨੇ ਸਾਡੇ ਸਪੈਸ਼ਲ ਮਾਸਟਰ ਬੈਠੇ ਨੇ ਆਪਣੇ ਲੇਬਰ ਵਾਲੇ ਵੀ ਆਏ ਬੈਠੇ ਨੇ ਸਾਡੇ ਸੰਗਰੂਰ ਤੋਂ ਮੈਂ ਸਾਰਿਆਂ ਵੱਲੋਂ ਬਾਬੂ ਹੰਸਰਾਜ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਹੇ ਵਾਹਿਗੁਰੂ ਇਸ ਨੇਕ ਪੁਰਸ਼ ਨੂੰ ਨੇਕ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਪ੍ਰਧਾਨ ਜੀ ਉਹਨਾਂ ਦਾ ਜਿਨ੍ਹਾਂ ਦੇ ਨਾਲ ਉਹਨਾਂ ਦਾ ਸਾਰਾ ਹੀ ਸਟਾਫ ਸੰਗਰੂਰ ਤੋਂ ਬਹੁਤ ਸਾਰੇ ਲੋਕ ਲੇਬਰ ਯੂਨੀਅਨ ਉਹਨਾਂ ਦਾ ਸਾਰਿਆਂ ਦਾ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ ਹੈ ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਹੁਣ ਮੈਂ ਬੇਨਤੀ ਕਰਦਾ 2 ਮਿੰਟ ਦੇ ਲਈ ਚੌਰੀ ਆਰ ਪੀ ਸਿੰਘ ਜੀ 2 ਮਿੰਟ ਦੇ ਲਈ ਉਹ ਵੀ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਚੌਰੀ ਆਰ ਪੀ ਸਿੰਘ ਜੀ ਸਤਿਕਾਰਯੋਗ ਚੌਧਰੀ ਹੰਸਰਾਜ ਜੀ ਦੀ ਅੰਤਿਮ ਅਰਦਾਸ 'ਚ ਬੈਠੇ ਰਿਸ਼ਤੇਦਾਰ ਮਿੱਤਰ ਦੋਸਤ ਨਗਰ ਨਿਵਾਸੀ ਇਲਾਕਾ ਨਿਵਾਸੀ ਅੱਜ ਇਹ ਮਹਾਨ ਸ਼ਖਸੀਅਤ ਸਾਡੇ ਵਿੱਚ ਨਹੀਂ ਰਹੇ ਇਹਨਾਂ ਦੇ ਵਿਛੋੜੇ ਦਾ ਬਹੁਤ ਹੀ ਘਾਟਾ ਜਿੱਥੇ ਪਰਿਵਾਰ ਨੂੰ ਨਗਰ ਨੂੰ ਸਮਾਜ ਨੂੰ ਉੱਥੇ ਨਾਲ ਹੀ ਮੈਂ ਸਮਝਦਾ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਪ੍ਰਧਾਨ ਜੀ ਨੇ ਦੱਸਿਆ ਕਰਦਿਆਂ ਦੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਜੋ ਟਰੱਕ ਯੂਨੀਅਨ ਹੈ ਲੇਬਰ ਹੈ ਜਾਂ ਹੋਰ ਇਹਨਾਂ ਨਾਲ ਸੰਬੰਧਿਤ ਕਾਰੋਬਾਰੀ ਉਹਨਾਂ ਨੂੰ ਬੜਾ ਘਾਟਾ ਪਿਆ ਇਹੋ ਜਿਹੀਆਂ ਸ਼ਖਸੀਅਤਾਂ ਜਿਹੜੀਆਂ ਆਪਣੇ ਪਰਿਵਾਰ ਦੇ ਨਾਲ ਨਾਲ ਸਮਾਜ ਦੇ ਇਲਾਕੇ ਦੀ ਅਗਵਾਈ ਕਰਦੀਆਂ ਨੇ ਮਦਦ ਕਰਦੀਆਂ ਨੇ ਬਹੁਤ ਘੱਟ ਹੁੰਦੀਆਂ ਨੇ ਤੋ ਇਹਨਾਂ ਪ੍ਰਤੀ ਸਾਨੂੰ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਇਹਨਾਂ ਦੀ ਜਿਹੜੀ ਪਿਛਲੀ ਰੂਹ ਹੈ ਇਹਨਾਂ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਇਹ ਦੁੱਖ ਝੱਲਣ ਦਾ ਬਲ ਬਖਸ਼ੇ ਨਾਲ ਹੀ ਅਸੀਂ ਅਪੀਲ ਕਰਦੇ ਹਾਂ ਜਿਹੜੀ ਟਰੱਕ ਯੂਨੀਅਨ ਸੰਗਰੂਰ ਹੈ ਕਿ ਜਿਸ ਤਰ੍ਹਾਂ ਉਹ ਸਹਿਯੋਗ ਪਹਿਲਾਂ ਦਿੰਦੇ ਰਹੇ ਨੇ ਚੌਧਰੀ ਹੰਸਰਾਜ ਜੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਉੱਥੇ ਇਸ ਤਰ੍ਹਾਂ ਹੀ ਸਹਿਯੋਗ ਦਿੰਦੇ ਰਹੇ ਰਿਸ਼ਤੇਦਾਰ ਮਿੱਤਰ ਦੋਸਤ ਹਮੇਸ਼ਾ ਇਹਨਾਂ ਦੇ ਨਾਲ ਰਹਿਣਗੇ ਅਤੇ ਇਹੀ ਕਹਿੰਦਾ ਹੋਇਆ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ ਯਾਦ ਕੀਤਾ ਹੈ ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਉਹਨਾਂ ਦਾ ਹੁਣ ਮੈਂ ਬੇਨਤੀ ਕਰੂੰਗਾ 2 ਮਿੰਟ ਦੇ ਲਈ ਬ੍ਰਿਗੇਡੀਅਰ ਰਾਜ ਕੁਮਾਰ ਜੀ ਨੂੰ ਉਹ ਵੀ ਚੌਧਰੀ ਹੰਸਰਾਜ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਲੋਕ ਸਭਾ ਵਿੱਚ ਪਹੁੰਚੇ ਹੋਏ ਸਾਧ ਸੰਗਤ ਜੀ ਹਰ ਇਨਸਾਨ ਨੂੰ ਆਪਣੀ ਮੰਜ਼ਿਲ ਵਿੱਚ ਤਿਆਰ ਕਰਨ ਲਈ ਬਹੁਤ ਕੜੀ ਮਿਹਨਤ ਬਹੁਤ ਦ੍ਰਿੜ ਨਿਸ਼ਚੈ ਡਿਟਰਮੀਨੇਸ਼ਨ ਕਹਿੰਦੇ ਆ ਉਹ ਬਹੁਤ ਆਸ਼ੀਰਵਾਦ ਪਰਮਾਤਮਾ ਦਾ ਹੋਵੇ ਤਾਂ ਉਹ ਮੰਜ਼ਿਲ ਵਿੱਚ ਤਿਆਰ ਹੁੰਦੀ ਹੈ ਚੌਰੀ ਸਾਹਿਬ ਨੇ ਉੱਪਰ ਵਾਲੇ ਆਸ਼ੀਰਵਾਦ ਨਾਲ ਇਹ ਕੁਆਲਿਟੀਜ਼ ਜਿਹੜੀਆਂ ਉਹਨੂੰ ਸਿੱਖੀਆਂ ਇਹਨਾਂ ਕਰਕੇ ਇੱਕ ਬਹੁਤ ਉੱਚੀ ਮੰਜ਼ਿਲ ਇਖਤਿਆਰ ਕੀਤੀ ਹੈ ਕਿੱਥੋਂ ਚੱਲੇ ਅਤੇ ਕਿੱਥੇ ਪਹੁੰਚੇ ਅਤੇ ਅੱਜ ਸੰਗਰੂਰ ਤੋਂ ਵੀ ਅਸੀਂ ਟਰੱਕ ਯੂਨੀਅਨ ਆ ਰਹੇ ਹਾਂ ਭਾਵਨਾਵਾਂ ਸੁਣੀਆਂ ਬਹੁਤ ਵੱਡੀ ਕੁਆਲਿਟੀ ਉਹਨਾਂ 'ਚ ਸੀ ਰਾਹੀਂ ਉਹ ਇੱਦਾਂ ਦੇ ਸ਼ਬਦ ਬੋਲ ਕੇ ਗਏ ਨੇ ਪੁਲਿਸ ਦੀ ਨੌਕਰੀ ਪਹਿਲਾਂ ਪੁਲਿਸ ਦੀ ਨੌਕਰੀ ਕੀਤੀ ਜਿੱਥੇ ਬਿਲਕੁਲ ਅਲੱਗ ਟਾਈਪ ਦੀਆਂ ਕੁਆਲਿਟੀਆਂ ਚਾਹੀਦੀਆਂ ਫਿਰ ਠੇਕੇਦਾਰੀ ਕੀਤੀ ਉੱਥੇ ਬਿਲਕੁਲ ਹੀ ਅਲੱਗ ਕੁਆਲਿਟੀਆਂ ਚਾਹੀਦੀਆਂ ਫਿਰ ਸਮਾਜ 'ਚ ਵਿਚਰੇ ਉੱਥੇ ਵੀ ਆਪਣਾ ਬਹੁਤ ਉੱਚਾ ਨਾਮ ਬਣਾਇਆ ਸਿਆਸਤ ਵਿੱਚ ਵੀ
पूरा योगदान रखा इलाके उत्थे भी मंजिल अपनी त्याग बहुत उची है। एको शख्स चेंज पार्टी हैं बहुत घट परमात्मा दिता है कि मैं परमात्मा मुबारक दिना कि इदा की शख्सियत इस परिवार पैदा हुई है जिसे हर क्वालिटी जो हर इंसान चाहता है उसी इसे करके हर राजनीति का टॉप का घर उन्होंने जुड़न की कोशिश की है और अच्छे अच्छे रिश्ते हुए उन्होंने बच्चों के। मैं उन्होंने अपने परिवार वालों शरदा के फूल भेंट करता हाँ और परिवार को और परमात्मा को बेनती करता हाँ कि परिवार में शक्ति देवे और जो भी उन्होंने रिश्तेदार जिन्हें भी रिश्ता ना सी सबू शक्ति दे कहता बड़ा घाटा सह सक सत साहे सत साहे सत साहे। बहुत धन्यवाद भाई साहब उन्होंने हूँ मैं बेनती करांगा दो मिनट के लिए मैडम वरिंदर कौर जी खांधी वो दो मिनट के लिए सबका चेयरमैन पंजाब सरकार वो अपनी शरदा के फुल भेंट करेंगे मैडम वरिंदर कौर जी खांधी। बहुत ही पवित्र स्थान पूरे वालिया की कुटिया के साढ़े बहुत ही सत्कार योग बजुर्ग हंसराज जी को शरदा के फुल भेंट करने लिए बैठी सत संगत जी सत साहेब सत साहेब सत साहेब। बहुत सारे बुलारिया ने उन्होंने जिंदगी के बारे उन्होंने कामों के बारे दसिया। मैनू उस बजुर्ग के बहुत ही नेड़े रह के थोड़े समय के उन्होंने जानने का मौका मिलया। वाकया वो एक ऐसी शख्सियत सन कि अपनी गलबात के नाल दूसरे को गाइड करना और सही राह पे किसी को तोड़ना एक क्वालिटी उन्होंने बहुत ज़्यादा सी। ये वाकया ही परमात्मा के वालों जो एक जिंदगी बख्शी जाती है श्वासों के हिसाब न जिन्हें श्वासों की पूंजी मिलती है इंसान उन्ने श्वास लैन तो बाद उस परमात्मा के चरणों से चले जाता है। किस परिवार से पैदा होना यह भी उस परमात्मा की मेहर होती है लेकिन उस तो बाद वो जिंदगी को किस तरह बतीत करना एक इंसान के हाथ में है। और मैं इस गल का भी यकीन करती हाँ कि इस तरह दिया क्वालिटी जड़िया हैं उस परमात्मा की मेहर सदका ही इंसान के आदि हैं और उन्होंने चीज़ों के अपने आप को कायम रखना इस इंसान के हाथ में होता है और वो सारिया चीज़ों की एक जीनी जागी मिसाल सन लेकिन अब साढ़े नहीं रहे। बहुत घाटा समाज को परिवार को पिया है और मैं जितों तक समझती हाँ कि अगर सब तो वड्डा घाटा पिया है तो साढ़े उस बच्चे संजीव पिंटू को जिसके फादर की डेथ तो बाद उन्होंने इस बच्चे किस तरह संभालिया और अज तक किस तरह इसके सिर के उत्ते हाथ रख के इसमें नाल चलाते रहे उस परिवार की हर घड़ी के किस तरह चट्टान वागू खड़ते रहे ये सारिया चीज़ा मैं आप उन्होंने बराबर बैठ के देखिया हैं कि किस तरह उन्होंने हर चीज़ की चिंता होती सी। वाकया इस तरह के इंसान दुनिया बहुत घट मिलते हैं। असी हमेशा ये अरदास करते हैं कि परमात्मा इस इंसान को जन्म मरण तो मुक्त करना लेकिन एक अरदास असी कभी ये भी करते हाँ कि इस तरह के इंसाना दोबारा दोबारा मौका मिले आने का ताकि समाज के जी सेहत है वह वधिया तरीके दी जा सके। सो असी परमात्मा के उस हुक्म के अगे अपना नत मकसद होंगे हाँ कि उसने जो एक रचना रची है उसके असी तब्दीली नहीं कर सकते लेकिन साढ़े हाथ ये है कि बजुर्गों ने जो सानू सेध दी है उस रस्ते से चलिए उन्होंने पाए हुए पूर्ण से चल के उन्होंने छड़े हुए अधूरे कामों पूरे करिए। मैं यही अरदास करा परमात्मा के
कि उन्होंने परिवार के मैंबर से यही हथ रखे परमात्मा कि उन्होंने अधूरे कामों को पूरा कर सके। सो मैं अपने वालों अपनी पार्टी वालों अपने परिवार वालों श्रद्धा के फुल भेट करती हुई यही अरदास करती हाँ कि परमात्मा इस तरह के बजुर्गों का साया हमेशा लोगों से बनया रहे और असी उस परमात्मा के बाने को भी मनना है। अविनाश राय खन्ना जी का फोन आया सी, उन्होंने भी आना सी पर किसी बहुत वजुजेवियों कारण वो नहीं पहुँच सके। उन्होंने वालों भी मैं श्रद्धा के फुल भेंट करती हुई यही गल कहनी है कि परमात्मा उन्होंने अपने चरणों से नवास देवे और शरीरक तौर पर साढ़े दो चले आए लेकिन उन्होंने किए हुए कामों के रूप में हमेशा साढ़े जिंदा रहेंगे, उन्होंने ब्लैसिंग सू मिली रह। इन्ना ही कही हुई खिलर जल सत साहेब सत साहेब सत साहेब। बहुत बहुत धन्यवाद। मैं गलती कर गया सी कि वह मौजूदा ही चेयरमैन ने कैबिनेट दर्जा प्राप्त ने। हुण मैं राजविंदर लक्की जी तो माफ़ी मंगदे हाँ, जसविंदर बिक्की जी तो माफ़ी मंगदे हाँ, हरमिंदर इंकू जी चेयरमैन साहब तो माफ़ी मंगदे हाँ। समय की घाट हुंदिया होया मैं बेनती करदा चौधरी नंद लाल जी सबका MLA बलाचौर जी ने वो दो मिनट के लिए ठेकेदार जी उन्होंने अपनी श्रद्धांजलि भेंट करेंगे। चौधरी नंद लाल जी एक्सटेंडेड नगर निवासी इलाका निवासी सारे
ਹੁੰਦੀ ਸੀ, ਅੱਜ ਉਹਨਾਂ ਦੀ ਕਾਰ ਪੈਦਾ ਹੁੰਦੀ, ਜਿਹਨਾਂ ਦੀ ਕਾਰ ਨਹੀਂ ਪੂਰੀ ਹੋ ਸਕਦੀ, ਨਾ ਪੂਰੀ ਹੋਣ ਵਾਲੀ ਕਾਰ ਹੈ, ਜਿਹਦੇ 'ਚ ਪਰਿਵਾਰ ਨੂੰ ਹੈ, ਮਿੱਤਰ ਨੂੰ ਹੈ, ਸਮਾਜ ਨੂੰ ਹੈ, ਸਾਡੇ ਨੂੰ ਪੂਰੇ ਉਹਨਾਂ ਦੀ ਕਾਰ ਇੱਦਾਂ ਅਸੀਂ ਉਸ ਪਰਮਾਤਮਾ ਨੂੰ ਈਸ਼ਵਰ ਦੇ ਚਰਨਾਂ 'ਚ ਅਰਦਾਸ ਪ੍ਰਾਪਤ ਕਰ ਸਕਦੇ। ਹੋਰ ਸਾਡਾ ਕੋਈ ਇੱਥੇ ਜੋਰ ਨਹੀਂ, ਸਿਰਫ ਅਸੀਂ ਅਰਦਾਸ ਕਰ ਸਕਦੇ, ਬੇਨਤੀ ਕਰ ਸਕਦੇ ਉਸ ਸੁੱਚੀ ਆਤਮਾ ਨੂੰ ਆਪਣੇ ਚਰਨਾਂ 'ਚ ਹੀ ਪਰਮਾਤਮਾ ਨੂੰ ਵਾਸ ਦੇਵੇ, ਔਰ ਰਿਸ਼ਤੇਦਾਰਾਂ ਨੂੰ, ਸਾਰ ਸੰਬੰਧੀ ਨੂੰ, ਪਰਿਵਾਰ ਨੂੰ, ਸਮਾਜ ਵਾਲਿਆਂ ਨੂੰ, ਸਾਰਿਆਂ ਨੂੰ ਆਉਣਾ ਮੰਨਣ ਦਾ ਕਿਰਪਾ ਬਖਸ਼ੇ। ਇਹ ਮੇਰੀ ਸਤਿਗੁਰੂ ਗੁਰੂ ਮਹਾਰਾਜ ਜੀ ਦੀ ਅਰਦਾਸ ਹੈ। ਇਹਨਾਂ ਸ਼ਰਧਾਲੀ ਨੇ ਵੀ ਚੀਜ਼ਾਂ ਲਾਈ ਸੀ, ਆਪ ਵੱਖ ਵੱਖ ਵੱਖਰੇ ਪਾਰਟੀ ਨੇ, ਨੁਮਾਇੰਦੇ ਲੀਡਰ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ, ਗੁਰੂ ਸਾਹਿਬ ਦਾ ਧੰਨਵਾਦ, ਸਤਿ ਸਾਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ ਹੈ ਚੌਧਰੀ ਸਾਹਿਬ ਦਾ। ਹੁਣ ਮੈਂ ਜਿਨ੍ਹਾਂ ਨੂੰ ਵੀ ਅਸੀਂ ਟਾਈਮ ਨਹੀਂ ਦੇ ਸਕੇ, ਮੈਂ ਮਾਫ਼ੀ ਚਾਹਾਂਗਾ। ਰੋਸ਼ਨ ਲਾਲ ਠੇਕੇਦਾਰ ਸਮਾਣਾ, ਸਤਨਾਮ ਠੇਕੇਦਾਰ ਵਾਹਿਗੁਰ, ਅਸ਼ੋਕ ਕਟਾਰੀਆ ਜੀ, ਸਰਦਾਰ ਬਾਬੂ ਨਾਗਰਾ ਜੀ, ਬ੍ਰਦਰ MLA ਕੁਲਜੀਤ ਨਾਗਰਾ, ਹੁਸਨ ਲਾਲ ਸਰਪੰਚ ਚਾਦਵਾਣਾ, ਨਵੀਨ ਬਿੰਨੀ ਜੀ, ਚੌਰੀ ਰਾਮ ਸ਼ਾਹ ਭਾਟੀਆ ਉਦਨਿਆਲ, ਸ਼੍ਰੀ ਰਾਜੂ ਆਨੰਦ BJP, ਰਮਾ ਧਮਾਨ MC, ਗੁਰਚਰਨਜੀਤ ਸਰਪੰਚ ਨਿਆਣੀ, ਵਨੀਤ ਕੁਮਾਰ ਠੇਕੇਦਾਰ, ਹਨੀ ਟੌਂਸਾ, ਬਿੱਟੂ ਟੌਂਸਾ, ਸੁਰਜੀਤ ਕੋਹਲੀ ਜੀ, ਦਲਜੀਤ ਸਿੰਘ ਮਾਣਿਆਲ ਜੀ, ਦਰਵੇਸ਼ ਜੰਡੀ ਜੀ, ਕਮਲ ਸ਼ਰਮਾ BJP ਤੋਂ, ਰਜਿੰਦਰ ਖਟਾਣਾ ਜੀ, ਸ਼੍ਰੀ ਦੁਰਗਾਦਾਸ ਖਟਾਣਾ ਜੀ, ਇੰਸਪੈਕਟਰ ਬਜ਼ੁਰਗ ਆਏ ਹੋਏ ਸੀ, ਉਹਨਾਂ ਤੋਂ ਮਾਫ਼ੀ ਚਾਹੁੰਦੇ ਹਾਂ। ਗੁਰਚਰਨ ਖਟਾਣਾ ਜੀ, ਗਿਰਧਾਰੀ ਲਾਲ ਠੇਕੇਦਾਰ, ਬਲੋਕ ਸੰਮਤੀ ਮੈਂਬਰ, ਚੌਰੀ ਸਰਵਣ ਬੀਲੂ ਜੀ, ਦਵਿੰਦਰ ਧੂਮਲਾ ਜੀ, ਸਬ ਇੰਸਪੈਕਟਰ ਵਿਜੀਲੈਂਸ, ਸ਼ੰਮੀ ਸਰਪੰਚ ਉਦਨਿਆਲ ਜੀ, ਸਰਬਜੀਤ ਸਿੰਘ ਜੀ ਗੜ੍ਹ ਸ਼ੰਕਰ, ਸ਼੍ਰੀ ਨਵੀਨ ਧੂਮਲਾ ਜੀ, ਡਾਕਟਰ ਸੁਭਾਸ਼ ਜੀ, ਡਾਕਟਰ ਪ੍ਰੇਮ ਜੀ, ਹਰਮਰਿੰਦਰ ਹਿੰਦੂ ਜੀ, ਸ਼੍ਰੀ ਰਾਜਕੁਮਾਰ ਸਰਪੰਚ ਜੀ ਚੋਟਪੁਰ, ਮਾਸਟਰ ਦੇਵਰਾਜ ਜੀ, ਸ਼੍ਰੀ ਵਾਸਦੇਵ ਜੀ ਮੁੱਲਾਂਪੁਰ ਤੋਂ, ਲਵਲੀ ਮੁੱਲਾਂਪੁਰ ਜੀ, ਭਗਤ ਤੇਲੂ ਰਾਮ ਜੀ, ਹੋਰ ਵੀ ਜਿੰਨੇ ਰਿਸ਼ਤੇਦਾਰ ਮਿੱਤਰ ਦੋਸਤ ਆਏ ਹੈ, ਉਹਨਾਂ ਸਾਰਿਆਂ ਤੋਂ ਮੈਂ ਮਾਫ਼ੀ ਚਾਹੁੰਦਾ ਕਿ ਸਮੇਂ ਦੀ ਘਾਟ ਦੇ ਨਾਲ ਉਹਨਾਂ ਨੂੰ ਸਮਾਂ ਨਹੀਂ ਦੇ ਸਕੇ। ਮੈਂ ਹੁਣ ਬੇਨਤੀ ਕਰਾਂਗਾ ਸਾਰਿਆਂ ਵੱਲੋਂ, ਚੌਰੀ ਦਰਸ਼ਨ ਲਾਲ ਜੀ ਮੰਗੂਪੁਰ MLA ਹਲਕਾ ਵਿਧਾਇਕ ਬਲਾਚੌਰ ਜੀ, ਉਹਨਾਂ ਨੂੰ ਕਿ ਉਹ ਵੀ ਚੌਰੀ ਸਾਹਿਬ ਨੂੰ ਆਪਣੀ ਸ਼ਰਧਾ ਦੇ ਭੁੱਲ ਭੇਟ ਕਰਨ। ਚੌਰੀ ਦਰਸ਼ਨ ਲਾਲ ਜੀ, ਬਹੁਤ ਹੀ ਸਤਿਕਾਰਯੋਗ ਚੌਰੀ ਸੰਤ ਸਰਦਾਰ ਜੀ ਅੰਤ ਅਰਦਾਸ ਵਿੱਚ ਵੱਖ ਵੱਖ ਪਾਰਟੀਆਂ ਦੇ ਲੀਡਰ ਸਾਹਿਬਾਨ, ਮੇਰੇ ਬਜ਼ੁਰਗ ਨੌਜਵਾਨ, ਮੇਰੀਆਂ ਭੈਣਾਂ ਮਾਤਾਵਾਂ, ਸਤਿ ਸਾਹਿਬ ਮਰਨ ਲਿਖਾਏ ਮਤਲਬ ਨਾਲ ਜਨਮ ਦੇ ਨਾਲ ਹੀ ਮੌਤ ਲਿਖੀ ਜਾਂਦੀ, ਕਿਸ ਕਾਰਨ ਕਿੱਥੇ ਹੋਣੀ। ਸਭ ਤੋਂ ਵੱਡੀ ਗੱਲ ਤਾਂ ਇਹ ਹੈ, ਜੇ ਬੱਚੇ ਭਰਾ ਪਰਿਵਾਰ ਚੰਗਾ ਹੋਵੇ, ਜੇ ਚੌਰੀ ਸਾਹਿਬ ਮਹੀਨਾ ਡੇਢ ਮਹੀਨਾ ਬਿਮਾਰ ਰਹੇ ਹੈ, ਤਾਂ ਇਸ ਪਰਿਵਾਰ ਨੇ ਸਾਰੇ ਨੇ ਸੇਵਾ ਰੱਖ ਕੇ ਇਲਾਜ ਕੀਤਾ ਜੀ। ਸਭ ਤੋਂ ਵੱਡੀ ਹੈ ਸਵਰਗ ਨਰਕ, ਮੈਂ ਕਹਿੰਦਾ ਇੱਥੇ ਹੁੰਦਾ ਅੱਗੇ ਨਹੀਂ ਹੈਗਾ। ਜੇ ਤਾਂ ਵੀ ਪਰਿਵਾਰ ਆਗਿਆਕਾਰੀ ਹੋਵੇ, ਸਾਰੇ ਰਿਸ਼ਤੇਦਾਰ ਆਗਿਆਕਾਰੀ ਹੋਣ, ਜੇ ਬਿਮਾਰ ਹੋਵੇ ਉਹਨਾਂ ਦਾ ਇਲਾਜ ਸਹੀ ਢੰਗ ਨਾਲ ਹੋ ਜਾਵੇ, ਤਾਂ ਸਵਰਗ ਭੋਗਦਾ ਨਹੀਂ ਭਾਈ ਨਰਕ। ਇਸ ਕਰਕੇ ਮੈਂ ਕਹਿ ਸਕਦਾ ਇਸ ਪਰਿਵਾਰ ਨੇ ਕਿਸੇ ਪੱਖੋਂ ਵੀ ਕਸਰ ਨਹੀਂ ਛੱਡੀ, ਉਹਦਾ ਇਲਾਜ ਵੀ ਸਹੀ ਢੰਗ ਨਾਲ ਕਰਾਇਆ, ਅਤੇ ਆਪਣੀ ਜ਼ਿੰਦਗੀ ਕਦੇ ਬਿਮਾਰ ਵੀ ਨਹੀਂ, ਅਤੇ ਜੇ ਹੋਏ ਹੈ 2 ਮਹੀਨੇ ਤਾਂ ਇਹਨਾਂ ਦਾ ਇਲਾਜ ਬੇਖੂਬੀ ਕਰਾਇਆ। ਮੈਂ ਕਹਿ ਸਕਦਾ ਉਹਨਾਂ ਦਾ ਸਵਰਗ ਕੀ ਬਾਤ ਸਾਹਿਬ ਹੈ। ਕਹਿੰਦੇ ਵੀ ਹੁੰਦੇ ਵੀ ਜੰਨੀ ਜਨੇ ਤੋਂ ਭਗਤ ਜਾਣ, ਕਹਿ ਦਾਤਾ ਕਹਿ ਸੂਰ, ਨਹੀਂ ਤੋਂ ਜੰਨੀ ਬਾਹਰ ਰਹੇ ਕਾਹੂ ਗਾਉਂਦੇ। ਉਹ ਦਾਨੀ ਵੀ ਸੀਗੇ, ਸੂਰਵੀਰ ਵੀ ਸੀਗੇ, ਯੋਧਾ ਵੀ ਸੀਗੇ, ਹਰੇਕ ਉਹਨਾਂ ਦੇ ਵਿੱਚ ਗੁਣ ਸੀਗੇ। ਜਿਸ ਤਰ੍ਹਾਂ ਇਹ ਮੰਦਰ ਬਣਾਇਆ, ਇਹ ਸਾਰੀ ਮਿਹਰਬਾਨੀ ਉਹਨੇ। ਕਹਿੰਦੇ ਜੇ ਤਲਾ ਕੋਈ ਖਦਾਨਾ ਜਾਂ ਮੰਦਰ ਬਣਵਾਉਂਦਾ, ਉਹਨਾਂ ਦਾ ਸਵਰਗਾਂ ਕੀ ਬਾਦਸ਼ਾਹ ਹੁੰਦਾ। ਮੇਰੇ ਤੋਂ ਪਹਿਲਾਂ ਪ੍ਰੇਮ ਜੀ ਨੇ ਸਾਰੇ ਵਿਸਤਾਰ ਨਾਲ ਦੱਸੀ ਦਿੱਤਾ। ਦੇਖੋ ਰਿਸ਼ਤੇਦਾਰ ਜਿਹੜੇ ਨਾਮਵਰ ਸਾਡੇ ਇਲਾਕੇ ਦੇ ਹੈ, ਸਾਰੇ ਉਹਦੇ ਰਿਸ਼ਤੇਦਾਰ ਨੇ। ਇਕੱਲੇ ਇਕੱਲੇ ਦਾ ਨਾਂ ਲੈ ਕੇ ਉਹਨਾਂ ਨੇ ਦੱਸਿਆ ਦਾ ਵੀ ਪਰਿਵਾਰ ਹੋਰ ਜਿੰਨੇ ਵੀ ਸੀਗੇ, ਕਹਿਣ ਦਾ ਭਾਵ ਹੈ ਜੇ ਵੀ ਆਪਣੇ ਵਿੱਚ ਚੰਗੀ ਖਾਸੀਅਤ ਸੀਗੀ ਤਾਂ ਰਿਸ਼ਤੇਦਾਰ ਵੀ ਵਧੀਆ ਕਦੇ ਮਿਲੇ ਜਾਂਦੇ। ਮੈਂ ਇਹ ਕਹਿ ਸਕਦਾ ਵੀ ਚੌਰੀ ਹੰਸਰਾਜ ਵਾਕਿਆ ਰਿਸ਼ਤੇਦਾਰਾਂ ਦਾ ਰਾਖਾ ਸੀਗਾ, 24 ਘੰਟੇ ਹਰੇਕ ਰਿਸ਼ਤੇ ਦੇ ਨਾਲ ਖੜਾ ਹੁੰਦਾ ਸੀਗਾ। ਪਰ ਮੈਂ ਜੇ ਅੱਜ ਆਪਣੀ ਗੱਲ ਕਰਾਂ,
जो मेरे सहयोग दिता मेरे कोई बयान नहीं जो मैं कर सका। ठीक है वो नहीं रहे सानू जरूर MLA बना के चले, पर मैं ये कहना भी रिश्तेदारियां सारियां सांझियां सीगियां पर उन्होंने बेवकूफी करवा अज जो उन्होंने घाट कही कल परिवार को या इस नगर में या समाज को नहीं, मैं तो कहूँगा पूरे इलाके को। थोड़े सामने हमने संगरूर तो आए थे प्रधान जी ट्रक यूनियन बोल रहे थे 40 साल लंबा पीरियड जरा है साढ़े ना मोटे ना मोटे जोड़ थे। मैं भी हम ट्रक यूनियन बेनती करता भी दुख की घड़ी के मित्र दोस्त रिश्तेदार की पहचान होती है, उस तो जान तो बाद संगरूर आए हो हमेशा उन्होंने जो भी उठे बच्चे हैं या कोई रिश्तेदार है उन्होंने पूरा सहयोग दो जिदा चौधरी हौसला जी ये घड़ी थोड़ी भी पहचान होनी जो तुम 40 साल का उन्होंने बतवा दिता भी साढ़े ना है पर उसके जाने के बाद थोड़ी भी पहचान होनी भी तुम्हें भी उसकी वाख्या ही उन्होंने बच्चों की राखी उसी तरह की जिस तरह वो थोड़े ना मोटे ना मोटा जोड़ रही है। बाकी भी चौधरी के जीवन बारे तो जिन्या मर्जी गल करो भी थले तो उठे कितने बुलंदियों से गए हैं तो उन्होंने मैं एक जरूर कहता इन बड़िया बुलंदियों से जाके अपना नाम ठेकेदारी से बहुत उच्चा कमाया, पर एक गल मैं जो उन्होंने कोई शुभ नहीं भी भूलिया वो हमेशा पीछा देखते भी मैं कितों उठ के गया कितने पहुंचा कदे घमंड नहीं किया है। यह जो इंसान हमेशा तरक्की लिए सिरे के सिरे तक करते जे उन्होंने अपने जीवन काल के जिस भी मैं कहना भी अपना पिछोकड़ ना भुले वो बंदा हमेशा तरक्की के राह पर जाता, जोड़ा कोई पिछोकड़ भुल गया वो फिर घाटा ही खाता नफे में नहीं जा सकता। बाकी बहुत घाट है कहते भी होंगे कबीरा जब हम जगत में आए जग हंसे हम रोए ऐसी करनी कर चलो हम हंसे जाए। यह चौधरी हंसलाल के पर गल पुछती है अब सू सारे महसूस ये गल हो रही है काफ़ी लंबा समा हो गया हो रहा काफ़ी देर से बैठे हैं। मैं अपनी वालों कांग्रेस वालों श्रद्धा के बुद्ध भेट करदा और ईश्वर अगर प्रार्थना करदा उस विछड़ी आत्मा परमात्मा अपने चरणों में निवास देवे पिछे परिवार के रिश्तेदारों में भला मन का बल बख्शे और ईश्वर अगर मैं यही प्रार्थना करदा इन्हों का परिवार हमेशा चढ़ती कला में रहे और समाज में जड़ा जुड़िया रहे। और मैं ये भी ऐलान करदा भी जी इतों धाने जो सड़क आदमी गई है उन्होंने नाँ पर रखी जाऊंगी। सत साहेब सत साहेब सत साहेब। बहुत बहुत धन्यवाद है MLA साहब का। मैं जिन्होंने होर समा नहीं दे सकिया चौधरी मदन लाल जी ठेकेदार खन्ना चेयरमैन साहब मालियाल तो होर भी जिन्हें साढ़े रिश्तेदार मित्र दोस्त जिन्हें भी आए हैं कई का मैं शायद नाम नहीं ले सकिया या शायद भुल गया होव मैं उन्होंने तो भी माफ़ी चाहना। MLA साहब आप जी का बहुत बहुत धन्यवाद है आप जी ने उन्होंने नाँ पर सड़क का जो नाँ रखने की ऐलान किया है। होर भी एक अद्धा जो काम पिंड मेन होने वाला जे उन्होंने नाँ पर कर दिया जाए तो भी असं आप जी के बहुत धन्यवादी होवे चाहे तुम विचार करके अनाउंस कर दौ मैं चाहता सी उन्होंने नाँ पर तुम अज अनाउंस कर दौ साडे पिंड के अंदर जो सीवरेज की कमी है वह ऐ समझ लो भी मेरे ख्याल सारे इलाके तो पहला अगर सीवरेज जो कितने चाहिए है तो धाने पिंड अंदर चाहिए जिसे पानी का निकास जोड़ा है वो सीवरेज की ना होने की व्यवस्था के नाल किसी पास भी है नहीं पिंड के पानी का निकास जोड़ा है MLA साहब वो मेन सड़क वालों आ रहा है इस सड़क में उच्ची होगी इधर टप्परियां वालों भी उच्ची होंगी जाती है तो वह पानी जोड़ा या तो पिंड के अंदर ही खड़ता है या फिर वो सड़क के आले दुआले खड़ता है या नाल की आबादी के जिस दिन भी बरसात होंगी है जो भी घर आले दुआले उन्होंने बढ़ जाता है वो सीवरेज करके टोभे से लिया जाए और टोभे को सीवरेज पा के जोड़ा पिया हुआ है वो खड साढ़े को बहुत खुली है उधर नीवा पासा भी है पानी अक्सर उत्थे जाता है। ये अनाउंस जो तुम अज कर दे तो असं थोड़े अति धन्यवादी होवे। चौधरी पिंका जी ने जिहड़ा अपने पिंड दे विच सीवरेज पाने की गल कही है वैसे तो मैं जदों इस पिंड दे विच आना मेरी रिश्तेदारी नेड़े दी है मेरी भूआ दे लड़के हैं तो सच मैनू जब आते जो पिंड के अंदर ही आते पानी जब बरसात पैंती तो गोदे गोदे खड़ जाता
ਮੈਂ ਪਹਿਲਾਂ ਵੀ ਆਪਣੇ ਮਨ ਵਿੱਚ ਠਾਣ ਰੱਖਿਆ ਸੀਗਾ ਕਿ ਇੱਥੇ ਸ਼ੀਰ ਦੀ ਜਿਹੜੇ ਦਾ ਪਹਿਲੇ ਇਲਾਕੇ ਅਸੀਂ ਪਾਵਾਂਗੇ। ਅੱਜ ਵੈਸੇ ਸਾਡੇ ਵਿੱਚੋਂ ਜਿਹੜੀ ਪਵਿੱਤਰ ਆਤਮਾ ਗਈ ਹੈ ਉਹਦੇ ਅੱਜ ਮੈਂ ਕਹਿੰਦਾ ਵੀ ਨਿਮਿੱਤ ਜਿਹੜੀ ਤਾਣੇ ਪਿੰਡ ਦੇ ਵਿੱਚ ਹੈ ਸੀਵਰੇਜ ਪਹਿਲ ਦੇ ਇਲਾਕੇ ਪਾਇਆ ਜਾਊਗਾ, ਇਹਦਾ ਜਲਦੀ ਜਿਹੜਾ ਸਰਵਾ ਕਰਵਾ ਕੇ ਜਿੰਨਾ ਮਰਜ਼ੀ ਪੈਸਾ ਖਰਚ ਹੋਵੇ ਉਹ ਅਸੀਂ ਜਲਦੀ ਜਿਹੜਾ ਇਹਦਾ ਕੰਪਲੀਟ ਕਰਾ ਕੇ ਜੋ ਵੀ ਤੁਸੀਂ ਪਿੰਡ ਵਾਲੇ ਕਹਿੰਦੇ ਉਹਦੇ ਮੁਤਾਬਕ ਕਰਾਂਗੇ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਉਹਨਾਂ ਦਾ, ਉਹਨਾਂ ਦੇ ਇਸ ਅਨਾਊਂਸਮੈਂਟ ਦਾ ਅਤੇ ਆਦਲਿਆਂ ਦੇ ਜਿਹ ਕਰਕੇ ਆਪਣੀ ਹਾਜ਼ਰੀ ਲਗਵਾਈ ਹੈ ਅਤੇ ਉਹ ਉਹਨਾਂ ਨੇ ਵੀ ਜ਼ਰੂਰ ਆਉਣਾ ਸੀ, ਉਹ ਨਹੀਂ ਆ ਸਕੇ। ਮੈਂਬਰ ਪਾਰਲੀਮੈਂਟ ਜੀ ਸ਼੍ਰੀ ਚੰਦੂ ਮਾਜਰਾ ਜੀ ਨੇ ਉਹਨਾਂ ਨੇ ਆਪਣੀ ਹਾਜ਼ਰੀ ਲਗਵਾਈ ਹੈ, ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ। ਮੈਂ ਰਾਣਾ ਜੀ ਸਰਪੰਚ ਮੋਹਰਾਂ ਨੂੰ ਸਮਾਂ ਨਹੀਂ ਦੇ ਸਕਿਆ, ਸਾਡੇ ਹੈੱਡ ਮਾਸਟਰ ਜੀ ਸਾਬਕਾ ਨਵਾਂ ਪਿੰਡ ਟੱਪਰੀਆਂ ਤੋਂ ਰਿਟਾਇਰ ਹੋ ਕੇ ਗਏ ਹੈ, ਉਹਨਾਂ ਨੂੰ ਸਮਾਂ ਨਹੀਂ ਦੇ ਸਕਿਆ, ਉਹਨਾਂ ਤੋਂ ਵੀ ਮੁਆਫ਼ੀ ਚਾਹੁੰਦਾ। ਧੰਨਵਾਦ, ਧੰਨਵਾਦ ਸਾਰਿਆਂ ਨੇ, ਖਾਣਾ ਖਾ ਕੇ ਸਾਰੇ ਰਿਸ਼ਤੇਦਾਰਾਂ ਨੇ, ਮਿੱਤਰਾਂ ਸੱਜਣਾਂ ਨੇ, ਸਾਰਿਆਂ ਨੇ ਭੋਜਨ ਪਾ ਕੇ ਜਾਣਾ ਹੈ, ਇਹ ਸਾਡੀ ਹੱਥ ਜੋੜ ਕੇ ਬੇਨਤੀ ਹੈ। ਸਤਿ ਸਾਹਿਬ, ਸਤਿ ਸਾਹਿਬ, ਸਤਿ ਸਾਹਿਬ। ਚੌਧਰੀ ਹੰਸਰਾਜ ਜੀ ਠੇਕੇਦਾਰ ਜੀ ਦੇ ਪਰਿਵਾਰ ਵੱਲੋਂ ਪਿੰਡ ਧਗਤਾਣਾ ਦੀ ਕੁਟੀਆ ਦੇ ਲਈ 1,01,000 ਰੁਪਇਆ ਦਾਨ ਦਿੱਤਾ ਗਿਆ। ਉਹ ਜੋ ਵੀ ਕੁਟੀਆ ਦੀ ਕਮੇਟੀ ਹੈ, ਜਦੋਂ ਵੀ ਕੁਟੀਆ ਦੀ ਕੰਸਟਰਕਸ਼ਨ ਜੋ ਵੀ ਕੰਮ ਹੋਣ ਵਾਲਾ ਹੈ ਉਹ 1,01,000 ਰੁਪਇਆ ਇਹਨਾਂ ਦਾ ਪਰਿਵਾਰ ਇੱਥੇ ਦਾਨ ਕਰਦਾ ਹੈ, ਅਸੀਂ ਬਹੁਤ ਧੰਨਵਾਦੀ ਹਾਂ। ਸਤਿ ਸਾਹਿਬ, ਸਤਿ ਸਾਹਿਬ, ਸਤਿ ਸਾਹਿਬ।